ਵੈਂਬਲੇ ਅਰੀਨਾ ਦੇ ਵਿੱਚ ਇੰਗਲੈਂਡ 'ਚ ਸ਼ੋਅ ਹੋਣਾ ਸੀਗਾ। ਉਹਨੇ ਚੱਪਣ ਨੂੰ ਐਸ਼ਟਰੇ ਬਣਾਇਆ ਹੋਇਆ ਸੀ। ਜਦੋਂ ਇਹ 11ਵੀਂ ਜਮਾਤ ਦਾ ਸਟੂਡੈਂਟ ਸੀ, ਛਿੰਦਾ, ਹੰਸਰਾਜ, ਮਨਮੋਹਨ ਵਾਰਸ, ਦੇਵੀ ਮਖਸੂਸਪੁਰੀ, ਸਰਬਜੀਤ ਚੀਮਾ, ਰਵਿੰਦਰ ਖੇ ਤਾਂ ਪੱਗ ਵੀ ਨਹੀਂ ਸੀ ਬੰਨ੍ਹੀ ਹੋਈ। ਮੈਂ ਪਰਦੇ ਦੇ ਪਿੱਛੇ ਖੜ ਗਿਆ। ਆਰਫ ਲਾਹੌਰ ਨੇ ਮੈਨੂੰ ਦੱਸਿਆ, ਕਹਿੰਦਾ ਵੀ ਉਹ ਜੱਸੜ ਜਵੰਦੇ ਹੋਣੀ, ਕੁਲਦੀਪ ਮਾਣਕ ਨੂੰ ਆਪਾਂ ਕਹਿ ਦਿੰਦੇ ਕਲੀਆਂ ਦਾ ਬਾਦਸ਼ਾਹ, ਵੀ ਉਹਦਾ ਜਿਹੜਾ ਚਵਾਰਾ ਸੀਗਾ। ਮੇਹਰ ਮਿੱਤਲ ਜੀ ਕਹਿੰਦੇ ਵੀ ਆ ਭੱਲੇ ਹੋਣੀ, ਘੁੱਗੀ ਹੋਣੀ, ਭਗਵੰਤ ਹੋਣੀ, ਮੈਨੂੰ ਢਿੱਲੋ ਹੋਣੀ, ਹੁਣ ਅਜੇ ਦੇਵਗਨ ਉਹਨਾਂ ਦੀ ਫਿਲਮ 'ਚ ਜਿਹੜਾ ਉਹ ਗੀਤ 'ਚ ਤਾਂ ਹੁੱਕ ਲਾਈਨ ਨਹੀਂ ਹੁੰਦੀ ਹੈ, ਇੰਨੀਆਂ ਥੋੜ੍ਹਾ ਸ਼ਰਧਾਂਜਲੀਆਂ ਹੁੰਦੀਆਂ ਹੁੰਦੀਆਂ। ਸ਼ਰਧਾਂਜਲੀ ਤਾਂ ਇੱਕ ਵਾਰ ਜਿਹੜੀ ਹੋ ਗਈ ਹੋਣੀ ਸੀਗੀ। ਵਧਾਈਆਂ ਜੀ, ਉਹ ਅਜੇ ਦੇਵਗਨ ਦੀ ਫਿਲਮ 'ਚ ਮੀਕੇ ਨੇ ਗੀਤ ਗਾਇਆ ਤੁਹਾਡਾ, ਜੱਟ ਦੀ ਪਸੰਦ ਨੂੰ ਪਸੰਦ ਜੱਟ ਦੀ ਕਰ ਲਿਆ, ਦੁਪੱਟਾ ਸਤਰੰਗ ਦਾ ਨੂੰ ਸਤਰੰਗ ਦਾ ਦੁਪੱਟਾ ਕਰ ਲਿਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸਤਵੀਰ ਸੱਤੀ ਅਤੇ ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਦਾ ਪ੍ਰੋਗਰਾਮ ਸਤਰੰਗ ਸੈਲੀਬ੍ਰਿਟੀ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ, ਅਸੀਂ ਸਤਰੰਗ ਸੈਲੀਬ੍ਰਿਟੀ ਦੇ ਵਿੱਚ ਤੁਹਾਨੂੰ ਨਵੀਂ ਨਵੀਂ ਸੈਲੀਬ੍ਰਿਟੀਜ਼ ਦੇ ਰੂਬਰੂ ਕਰਵਾਉਂਦੇ ਹਾਂ, ਅਤੇ ਅੱਜ ਜਿਸ ਸੈਲੀਬ੍ਰਿਟੀ ਨੂੰ ਮੈਂ ਸਟੂਡੀਓ ਦੇ ਵਿੱਚ ਲੈ ਕੇ ਆਇਆ, ਉਹ ਬਹੁਤ ਹੀ ਖਾਸ ਨੇ। ਉਹਨਾਂ ਦੇ ਲਿਖੇ ਹੋਏ ਗਾਣਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਹਰ ਇੱਕ ਪ੍ਰੋਗਰਾਮ ਦਾ ਸ਼ਿੰਗਾਰ ਬਣਦੇ ਨੇ। ਅਤੇ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਮੈਂ ਤੁਹਾਨੂੰ ਮਿਲਵਾਉਂਦਾ ਸ਼ਮਸ਼ੇਰ ਸੰਧੂ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਠੀਕ ਠਾਕ? ਠੀਕ ਸਤੀ ਜੀ। ਬਹੁਤ ਵਧੀਆ ਲੱਗੇ ਜੀ ਤੁਸੀਂ ਅੱਜ। ਬਹੁਤ ਦੇਰ ਬਾਅਦ, ਮੈਂ ਪਹਿਲਾਂ ਆਡੀਅੰਸ ਨੂੰ ਦੱਸਦਾ ਅੱਜ ਕਿੰਨੀ ਵਾਰ ਅਸੀਂ ਬੁਲਾਇਆ, ਅਤੇ ਅੱਜ ਬਹੁਤ ਦੇਰ ਬਾਅਦ ਸਾਡੇ ਅਖੀਰ ਸਵਾਭਾ ਬਣ ਗਿਆ। ਹਾਂਜੀ, ਕਾਫੀ ਦੇਰ ਤੋਂ ਚੱਲਦੀ ਸੀ ਪਲੈਨਿੰਗ। ਅਤੇ ਹੋਰ ਸਭ ਠੀਕ ਠਾਕ ਚੱਲ ਰਿਹਾ ਜੀ? ਠੀਕ ਠਾਕ। ਅਤੇ ਕਿਵੇਂ ਅੱਜ ਕੱਲ੍ਹ ਫਿਰ ਕੀ ਰੂਟੀਨ ਚੱਲ ਰਹੀ ਹੈਗੀ ਜੇ ਆਪਾਂ ਗੱਲ ਕਰੀਏ? ਬਸ ਭਾਵੇਂ ਨੌਕਰੀ ਵੀ ਪੂਰੀ ਹੋ ਗਈ, ਕੈਸਟਾਂ ਸੀਡੀਆਂ ਵੀ ਬਣਨੀਆਂ ਹੋ ਗਈਆਂ, ਪਰ ਉਸੇ ਤਰ੍ਹਾਂ ਦੀ ਭੱਜ ਨੱਸ, ਮੇਲੇ, ਟੂਰਨਾਮੈਂਟ, ਸੱਦਾ ਪੱਤਰ। ਹੁਣ ਅੱਗੇ ਤਾਂ ਗੀਤ ਸੰਗੀਤ ਵਾਲੇ ਸਮਾਗਮ ਮਿਲੇ ਸੀ, ਹੁਣ ਸਾਹਿਤਕ ਸਮਾਗਮਾਂ ਵਾਲੇ ਵੀ ਜ਼ਿਆਦਾ ਜੀ, ਅਤੇ ਉਸੇ ਤਰ੍ਹਾਂ ਹੀ ਦਿਨ ਰਾਤ ਚੱਲੋ ਚੱਲ ਅਤੇ ਮਾਰੋ ਮਾਰ। ਬਹੁਤ ਵਧੀਆ ਜੀ। ਅਤੇ ਅੱਜ ਵੀ ਪਰ ਦੇਖ ਕੇ, ਮਤਲਬ ਕਿ ਤੁਹਾਡੇ ਤੋਂ ਜਿਹੜੀ ਪੋਜ਼ਿਟਿਵਿਟੀ ਹੈਗੀ ਤੁਹਾਨੂੰ ਦੇਖ ਕੇ, ਅਤੇ ਉੱਦਾਂ ਦੇ ਹੀ ਜਿਵੇਂ ਛੋਟੇ ਹੁੰਦੇ ਤੋਂ ਦੇਖਦੇ ਆਉਂਦੇ ਹਾਂ ਹੈ ਨਾ, ਗਾਣਿਆਂ ਦੇ ਵਿੱਚ ਵੀ ਤੁਹਾਡੇ ਸਾਰੇ ਰੈਪਰ ਦੇ ਉੱਪਰ ਪ੍ਰੈਜੈਂਟੇਸ਼ਨ ਹੋ ਗਈ, ਸਾਰੇ ਪਾਸੇ ਨੇ ਇੰਨੀ ਜ਼ਿੰਮੇਵਾਰੀਆਂ, ਕਿਉਂਕਿ ਤੁਸੀਂ ਪਹਿਲਾਂ ਐਜ਼ ਆ ਰਾਈਟਰ ਆਏ ਹੈ ਨਾ, ਫਿਰ ਆਪਾਂ ਅਗਰ ਕਹੀਏ ਪੇਸ਼ਕਾਰ, ਪ੍ਰੈਜੈਂਟੇਸ਼ਨ ਵੀ ਕਿੰਨੀ ਦਿੱਤੀ, ਅਤੇ ਐਂਕਰਿੰਗ ਤੁਸੀਂ, ਅਤੇ ਉਸ ਤਾਂ ਹਾਲੇ ਸ਼ੁਰੂ ਸ਼ੁਰੂ ਕੀਤਾ ਹੀ ਹੈ ਕੰਮ, ਅਤੇ ਤੁਹਾਡੇ ਤਾਂ ਤੁਸੀਂ ਇੰਨੇ ਜ਼ਿਆਦਾ ਕਰ ਚੁੱਕੇ ਹੋ ਪ੍ਰੋਗਰਾਮ ਹੈ ਨਾ, ਅਤੇ ਉਹ ਕਿਵੇਂ ਇੰਨਾ ਸਾਰਾ ਕੁਝ ਸਾਂਭਦੇ ਹੁੰਦੇ ਸੀਗੇ ਪਹਿਲਾਂ ਤਾਂ, ਇਹ ਥੋੜ੍ਹੀ ਜਿਹੀ ਇਸ ਬਾਰੇ ਦੱਸ ਦਿਓ। ਦੇਖੋ, ਮੈਂ ਨੌਕਰੀ ਵੀ ਕੀਤੀ, ਹਾਂਜੀ, 30 ਸਾਲ ਲਗਾਤਾਰ ਪੰਜਾਬੀ ਟ੍ਰਿਬਿਊਨ ਦੀ ਸਬ ਐਡੀਟਰ ਬਣਿਆ, ਫਿਰ ਚੀਫ ਸਾਹਿਬ, ਫਿਰ DNA, ਅਤੇ ਇਹਦੇ ਨਾਲ ਨਾਲ ਹੀ ਜਿਹੜਾ ਸ਼ੌਕ ਸੀ ਲਿਖਣ ਦਾ ਅਤੇ ਗਾਉਣ ਦਾ, ਅਤੇ ਉਹ ਉੱਥੋਂ ਲੁਧਿਆਣੇ ਤੋਂ ਸ਼ੁਰੂ ਹੋਇਆ ਸੀਗਾ, ਸਟੂਡੈਂਟ ਲਾਈਫ ਤੋਂ। ਉੱਥੇ ਸਾਰਾ ਭਾਈਚਾਰਾ ਸੀ ਮੇਰਾ, ਹਾਂਜੀ, ਇਹ ਗਾਉਣ ਵਾਲਿਆਂ ਦਾ ਭਾਈਚਾਰਾ, ਯਮਲਾ ਜੱਟ, ਨਰਿੰਦਰ ਵੀ ਬਾਤ, ਸਾਰਿਆਂ ਨਾਲ ਸਰਦਾਰ ਸੰਧੂ, ਤੁਸੀਂ ਤਾਂ ਕੋਈ ਛੱਡਿਆ ਨਹੀਂ, ਐਸਾ ਐਸੇ ਲੈਜੈਂਡ ਇੰਡਸਟਰੀ ਦੇ ਕੋਈ ਵੀ ਨਹੀਂ ਛੱਡੇ, ਮਾਣਕ, ਛਿੰਦਾ, ਦੇਵ ਤਰੀਕੇ ਵਾਲਾ ਜੀ, ਫਿਰ ਇੱਥੇ ਆ ਗਏ ਜੀ, ਇੱਥੇ ਵਾਲਾ ਫਿਰ ਭਾਈਚਾਰਾ ਬਣ ਗਿਆ। ਹਾਂਜੀ, ਅਤੇ ਨਾਲ ਤੁਹਾਨੂੰ ਪਤਾ ਹੀ ਆ ਤੁਹਾਡੇ ਡੈਡੀ ਜੱਸੀ ਭਾਅ ਜੀ ਹੋਣਾਂ ਦੇ ਨਾਲ, ਫਿਰ ਅਸੀਂ ਇੰਨਾ ਟੀ ਸੀਰੀਜ਼ ਨੇ ਸਾਥੋਂ ਇੰਨਾ ਕੰਮ ਕਰਾਇਆ ਜੀ, ਮਤਲਬ 68 ਐਲਬਮਾਂ ਆਈਆਂ, 7 ਸਾਲ ਲਗਾਤਾਰ ਸਤੀ ਜੀ ਅਸੀਂ ਨਿਊ ਈਅਰ ਪ੍ਰੋਗਰਾਮ ਬਣਾਏ ਜੀ, 4 ਸਾਲ ਵਿਸਾਖੀ ਪ੍ਰੋਗਰਾਮ ਬਣਾਏ, ਫਿਰ ਹਰਜੀਤ ਨਾਗਰਾ ਬਾਬੂ ਮਾਨ ਦੀ ਕੰਪਨੀ .0 ਨਾਲ 3 ਸਾਲ ਨਿਊ ਈਅਰ ਪ੍ਰੋਗਰਾਮ ਬਣਾਏ, ਅਤੇ ਕਈ ਵਾਰ ਉਹ ਖੁਸ਼ੀ ਨਾਲ ਉਹ ਜ਼ਿਆਦਾ ਹੈਰਾਨੀ ਹੁੰਦੀ ਹੈ ਜਦੋਂ ਨਜ਼ਰ ਮਾਰਦੇ ਹਾਂ ਆਪਦੇ ਕੰਮ 'ਤੇ, ਵੀ ਬੱਲੇ ਬੱਲੇ ਬੱਲੇ, ਇੰਨੀਆਂ ਰਿਕਾਰਡਿੰਗਾਂ, ਇੰਨੀਆਂ ਸ਼ੂਟਿੰਗਾਂ, ਅਤੇ ਨਾਲ ਨੌਕਰੀ ਵੀ, ਅਤੇ ਫਿਰ ਕ੍ਰੀਏਟਿਵ ਲਿਖਣਾ ਵੀ ਜੀ, ਵੀ ਕੰਮ ਕਿਵੇਂ ਹੋ ਗਏ, ਇਸੇ ਕਰਕੇ ਖੁਸ਼ੀ ਨਾਲੋਂ ਹੈਰਾਨੀ ਜ਼ਿਆਦਾ ਹੁੰਦੀ ਹੈ ਵੀ ਇੰਨਾ ਕੰਮ ਕਿਵੇਂ ਕਰ ਲਿਆ। ਮੈਂ ਉਹੀ ਤੁਹਾਨੂੰ ਪੁੱਛਣਾ ਕਿ ਤੁਹਾਨੂੰ ਦੇਖ ਕੇ ਅੱਜ ਵੀ ਉਸੇ ਤਰ੍ਹਾਂ ਪੋਜ਼ਿਟਿਵਿਟੀ ਮਿਲਦੀ ਹੈ ਨਾ, ਇਹ ਸਾਰੀ ਚੀਜ਼ਾਂ, ਅਤੇ ਇੰਨੀਆਂ ਡਿਊਟੀਜ਼ ਕਿੱਦਾਂ ਸਮਝਦੇ ਤੁਸੀਂ, ਕਿਉਂਕਿ ਬਹੁਤ ਸਾਰੀ ਜ਼ਿੰਮੇਵਾਰੀ ਹੁੰਦੀ ਹੈ ਨਾ, ਇੱਕ ਜਦੋਂ ਬੰਦਾ ਰਾਈਟਰ ਤੋਂ ਚਲੋ ਇੱਕ ਗਾਣਾ ਦੇ ਕੇ ਡਿਊਟੀ ਖਤਮ ਹੋ ਜਾਂਦੀ, ਫਿਰ ਵੀ ਹੈ ਨਾ, ਜਦੋਂ ਪੇਸ਼ਕਾਰ ਬੰਦਾ ਬਣ ਜਾਂਦਾ, ਅਤੇ ਉਸ ਤੋਂ ਬਾਅਦ ਫਿਰ ਨਾਲ ਐਂਕਰਿੰਗ ਜਿਵੇਂ ਸਾਹਮਣਾ, ਉਹ ਕਿੱਦਾਂ ਸਾਰਾ ਕੁਛ ਕਰਦੇ ਹੁੰਦੇ ਸੀਗੇ? ਦੇਖੋ, ਇਹ ਜਿਹੜਾ ਜਨੂਨ ਆ ਨਾ, ਸ਼ੌਕ ਆ, ਇਹੀ ਭਜਾਈ ਫਿਰਦਾ ਜੀ, ਇਹੀ ਲਿਖਾਉਂਦਾ ਇੱਥੋਂ ਤੱਕ, ਮਤਲਬ ਇਕੱਲਾ ਲਿਖਣਾ ਹੀ ਨਹੀਂ, ਤਰਜ਼ਾਂ ਵੀ ਬਣਾਉਣੀਆਂ। ਹਾਂਜੀ ਬਿਲਕੁਲ, ਰਿਕਾਰਡਿੰਗ ਵੇਲੇ ਵੀ ਮਿਊਜ਼ਿਕ ਡਾਇਰੈਕਟਰ ਦੇ ਨਾਲ ਬਹਿਣਾ, ਫਿਰ ਇੱਥੋਂ ਤੱਕ ਸ਼ੂਟਿੰਗ ਕਰਕੇ, ਜੱਸੀ ਭਾਅ ਜੀ, ਸੁੱਖੀ ਭਾਅ ਜੀ, ਗੈਰੀ ਜੀ, ਅਜਨੋਹਾ ਜੀ, ਸਾਰਾ ਸਾਡੀ ਜਿਹੜੀ ਲੰਮੀ ਚੌੜੀ ਟੀਮ ਸੀ ਜੀ, ਫਿਰ ਦਿੱਲੀ ਜਾ ਕੇ ਐਡੀਟਿੰਗ ਟੇਬਲ ਵਿੱਚ ਅਸੀਂ ਰਾਤ ਦੇ 4:45 ਵਜੇ ਤੱਕ, ਵੀ ਆਹ ਸੀਨ ਇਹਦੇ ਨਾਲ, ਪੂਰੀ ਸਲਾਹ ਮਸ਼ਵਰਾ, ਟੀਮ ਵਰਕ ਐਸਾ ਸੀ ਸਾਡਾ ਜੀ, ਉਹ ਵੀ ਕੰਮ ਸਾਰਾ ਕਰਨਾ ਜੀ, ਅਤੇ ਨੀਂਦ ਨੂੰਦ ਪਤਾ ਹੀ ਨਹੀਂ, ਉਹ ਤਾਂ ਕਿਤੇ ਰਾਹਾਂ ਰੂਹਾਂ 'ਚ ਸ਼ਾਇਦ ਪੂਰੀ ਹੋ ਜਾਂਦੀ ਸੀਗੀ।
ਮੈਂ ਇਹਦੇ ਨਾਲ ਇੱਕ ਹੋਰ ਦੂਸਰਾ ਤਾਜ਼ਾ ਗੱਲ ਦੱਸਾਂ ਵੀ ਮੈਂ ਇਹ ਤਾਂ ਕਈ ਵਾਰ ਕਹਿ ਚੁੱਕਿਆ ਕਿ ਮੈਂ 9 ਪੀੜ੍ਹੀਆਂ ਦਾ ਪੰਜਾਬੀ ਗਾਇਕੀ ਦੀਆਂ ਦਾ ਨਾਲ ਉਹਨਾਂ ਦੀ ਧੁੱਪਾਂ ਛਾਵਾਂ ਭੁੱਖਾਂ ਤਿਹਾਂ ਹੰਢਾਈਆਂ ਅਤੇ ਉਹਨਾਂ ਦਾ ਚਸ਼ਮਦੀਦ ਗਵਾਹ ਜਾਣੀ ਢਾਡੀ ਦਦਾਰ ਸਿਓ ਰਟੈਂਡਾ ਅਮਰ ਸਿੰਘ ਸ਼ੌਂਕੀ ਹਰਚਰਨ ਗਰੇਵਾਲ ਜਮਲਾ ਜੱਟ ਸੁਰਿੰਦਰ ਕੌਰ ਤੋਂ ਲੈ ਕੇ ਮੈਂ ਅਖੀਰ 'ਤੇ ਕਹਿੰਦਾ ਹੁੰਦਾ ਵੀ ਗਿੱਪੀ ਗਰੇਵਾਲ ਦਲਜੀਤ ਦਸਾਂਝ ਅਤੇ ਯੁੱਧਵੀਰ ਮਾਣਕ ਤੱਕ ਮੈਂ ਨਾਲ ਵਿਚਰਦਾ ਆ ਰਿਹਾ ਜੀ। ਅਤੇ ਹੁਣ ਤੁਸੀਂ ਹੁਣ ਦੇਖੋ ਹੁਣ 9 ਪੀੜ੍ਹੀਆਂ ਦੀ ਬਜਾਏ ਮੈਨੂੰ ਕਹਿਣਾ ਪੈ ਰਿਹਾ ਕਿ ਮੈਂ 10 ਪੀੜ੍ਹੀਆਂ ਦਾ ਚਸ਼ਮਦੀਦ ਗਵਾਹ ਹੋ ਗਿਆ। ਜਿਹੜਾ ਵੌਇਸ ਆਫ ਪੰਜਾਬ ਦੇ ਵਿੱਚ ਜਿਹੜਾ ਲੜਕਾ ਉੱਭਰ ਕੇ ਸਾਹਮਣੇ ਆਇਆ ਹਿੰਮਤ ਸੰਧੂ ਜੀ, ਉਹ ਤਾਂ ਸਾਰਿਆਂ ਤੋਂ ਇਹਨਾਂ ਤੋਂ ਘੱਟ ਉਮਰ ਵਾਲਾ ਬਿਲਕੁਲ, ਅਤੇ ਥੋੜ੍ਹੇ ਜਿਹੇ ਸਮੇਂ ਵਿੱਚ ਉਹ ਕਾਫ਼ੀ ਅੱਗੇ ਆ ਗਿਆ, ਉਹਦੇ ਕਾਫ਼ੀ ਗੀਤ ਹਿੱਟ ਹੋ ਗਏ, ਫਿਲਮਾਂ 'ਚ ਵੀ ਗੀਤ ਆਉਣ ਲੱਗੇ ਆ। ਉਹਨੇ ਚੇਚੇ ਤੌਰ 'ਤੇ ਇੱਛਾ ਪ੍ਰਗਟਾਈ ਅਤੇ ਮੈਥੋਂ 2 ਗੀਤ ਉਹਨੇ ਲਏ ਆ ਰਿਕਾਰਡ ਕਰਾਉਣ ਨੂੰ, ਅਤੇ ਨਾਲ ਉਹਨੇ ਕਿਹਾ ਜੀ ਮੇਰੀ ਬੜੇ ਚਿਰਾਂ ਦੀ ਤਮੰਨਾ ਸੀ ਅਤੇ ਡ੍ਰੀਮ ਪ੍ਰੋਜੈਕਟ ਹੋਊਗਾ ਮੇਰਾ ਇਹ। ਅਤੇ ਮੈਂ ਉਹਨੂੰ ਹਿੰਮਤ ਸੰਧੂ ਨੂੰ ਕਿਹਾ, ਮੈਂ ਕਿਹਾ ਲੈ ਵੀ ਹੁਣ ਮੈਂ ਅੱਗੋਂ ਤੋਂ 9 ਪੀੜ੍ਹੀਆਂ ਨਹੀਂ 10 ਪੀੜ੍ਹੀਆਂ ਦਾ ਚਸ਼ਮਦੀਦ ਗਵਾਹ ਕਿਹਾ ਕਰੂੰਗਾ। ਕਿਆ ਬਾਤ ਹੈ ਜੀ, ਬਹੁਤ ਵਧੀਆ ਗੱਲ। ਮੈਂ ਵੈਸੇ ਪੁੱਛਣਾ ਸੀਗਾ ਕਿਉਂਕਿ ਹਰ ਇੱਕ ਇਨਸਾਨ ਦੀ ਜਿਹੜੇ ਅੱਜ ਕੱਲ੍ਹ ਦੀ ਯੂਥ ਹੈਗੀ ਆ ਉਹਨਾਂ ਦੀ ਸ਼ਿਕਾਇਤ ਹੁੰਦੀ ਹੈ, ਜਿਹੜੇ ਤੁਹਾਨੂੰ ਪੁਰਾਣੇ ਪਹਿਲਾਂ ਫੋਲੋ ਕਰਦੇ ਆ ਪਹਿਲਾਂ ਸ਼ੁਰੂ ਤੋਂ, ਹੈ ਨਾ, ਅਤੇ ਹੁਣ ਜਿਹੜੀ ਨਵੀਂ ਪੀੜ੍ਹੀ ਵੀ ਆਈ ਆ ਉਹ ਵੀ ਗਾਣੇ ਸੁਣਦੇ ਆ ਤੁਹਾਡੇ ਡੀਜਿਆਂ ਦੇ ਉੱਤੇ ਵੱਜਦੇ, ਯਾਰ ਬੋਲਦਾ, ਇਹ ਸਾਰੇ ਮਤਲਬ ਕਿ ਜੱਟ ਦੀ ਪਸੰਦ, ਕੋਈ ਮਤਲਬ ਕਿ ਅਣਗਿਣਤ ਗਾਣੇ ਜਿਹੜੇ, ਮੈਂ ਮੇਰਾ ਮੰਨਣਾ ਹੈ ਕਿ ਇੱਕ ਪੰਜਾਬੀ ਰਾਈਟਰ ਦੇ ਵਿੱਚ ਇੱਕ ਸ਼ਮਸ਼ੇਰ ਸੰਧੂ ਇੱਕ ਐਸਾ ਨਾਂ ਹੋਇਆ ਜਿਹੜਾ ਮਤਲਬ ਕਿ ਹਮੇਸ਼ਾ ਲੋਕਾਂ ਦੇ ਕੰਨਾਂ ਦੇ ਵਿੱਚ ਵੱਜਦਾ ਉਹ ਨਾਮ। ਉਹਦੀ ਚਿਹਰੇ ਦੀ ਪਹਿਚਾਣ ਆਮ ਤੌਰ 'ਤੇ ਰਾਈਟਰਸ ਦੀ ਪਹਿਚਾਣ ਨਹੀਂ ਬਣਦੀ, ਉੱਦਾਂ ਨਾਮ ਜ਼ਰੂਰ ਆ ਜਾਂਦਾ ਭਾਵੇਂ ਅੱਗੇ, ਪਰ ਉਹਨਾਂ ਦੀ ਫੇਸ ਵੈਲਿਊ ਨਹੀਂ ਬਣਦੀ। ਪਰ ਇੱਕ ਤੁਹਾਡਾ ਐਸਾ ਹੈਗਾ ਨਾਂ ਕਿ ਜਿਹਦਾ ਨਾਂ ਤਾਂ ਹੈਗਾ ਹੀ ਹੈ ਬਟ ਫੇਸ ਵੈਲਿਊ ਵੀ ਉਵੇਂ। ਉਹਦੀ ਵਜ੍ਹਾ ਇਹ ਵੀ ਹੈ ਕਿ ਜਲੰਧਰ ਦੂਰਦਰਸ਼ਨ ਤੋਂ ਇੱਥੋਂ ਸਵਿਤੋਜ ਹੋਣੀ, ਲਖਵਿੰਦਰ ਜੌਲ ਹੋਣੀ ਜੀ, ਇੱਕ ਪ੍ਰੋਗਰਾਮ ਹੁੰਦਾ ਸੀ ਕਿ ਨਹੀਂ ਇੱਕ ਲੱਪ ਗੀਤਾਂ ਦੀ, ਫਿਰ ਕਾਵਿਸ਼ਾਰ, ਫਿਰ ਲੋਕ ਰੰਗ, ਫਿਰ ਮੇਲਿਆਂ ਦੀ ਕਵਰੇਜ ਕਰਵਾਉਂਦੇ ਰਹੇ 1.5-2 ਸਾਲ ਇਸ ਤਰ੍ਹਾਂ, ਹਰ 15 ਦਿਨਾਂ ਬਾਅਦ ਪ੍ਰੋਗਰਾਮ। ਫਿਰ ਇਹ ਹੋ ਗਿਆ ਬਈ ਟੀ ਸੀਰੀਜ਼ ਵਾਲੇ ਬਹੁਤ ਕੀਤੇ, ਉਸ ਤੋਂ ਬਾਅਦ ਪੀ ਟੀ ਸੀ ਵਾਲੇ ਵੀ ਜਿਹੜਾ ਹੈਗਾ ਪ੍ਰੋਗਰਾਮਾਂ 'ਚ ਸ਼ਾਮਿਲ ਕਰਦੇ ਰਹਿੰਦੇ ਆ। ਸੋ ਮੈਨੂੰ ਲੱਗਦਾ ਵੀ ਰਾਈਟਰਾਂ ਦੇ ਵਿੱਚੋਂ ਮੈਂ ਜ਼ਿਆਦਾ ਕੈਮਰੇ ਅੱਗੇ ਕਾਫ਼ੀ ਆਇਆ, ਅਤੇ ਉਹਦੀ ਇੱਕ ਵਜ੍ਹਾ ਸ਼ਾਇਦ ਇਹ ਹੋਵੇ। ਦੂਜਾ ਇਹ ਹੋਇਆ ਵੀ ਕਈ ਵਾਰ ਮੈਂ ਕਹਿੰਦਾ ਹੁੰਦਾ ਤਾਸ਼ ਦੀ ਖੇਡ 'ਚ ਆ, ਰੰਗ ਦੇ ਪੱਤੇ ਪਈ ਜਾਂਦੇ ਆ ਜੀ, ਅਤੇ ਬੰਦਾ ਜਿੱਤੀ ਜਾਂਦਾ, ਅਤੇ ਜੇ ਰੰਗ ਦੇ ਪੱਤੇ ਨਾ ਪੈਣ ਤਾਂ ਮੈਥੋਂ ਵਧੀਆ ਲਿਖਣ ਵਾਲੇ ਕਈ ਐਸੇ ਹੈਗੇ ਰਾਈਟਰ ਜਿਨ੍ਹਾਂ ਨੂੰ ਮੈਂ ਮੰਨਦਾ ਕਿ ਬਹੁਤ ਵਧੀਆ, ਲੇਕਿਨ ਉਹ ਇਸ ਤਰ੍ਹਾਂ ਉਹਨਾਂ ਸਾਹਮਣੇ ਨਹੀਂ ਆ ਸਕੇ ਜੀ। ਅਤੇ ਆਪਾਂ ਜੀ ਹੁਣ ਆਪਾਂ ਥੋੜ੍ਹੀ ਜਿਹੀ ਪੁਰਾਣੀਆਂ ਗੱਲਾਂ ਕਰੀਏ ਜੀ, ਜੀ ਕਿ ਪੁਰਾਣੇ ਟਾਈਮਾਂ ਦੇ ਵਿੱਚ ਜੇ ਆਪਾਂ ਗੱਲ ਕਰੀਏ, ਕਿਉਂਕਿ ਇੱਕ ਜਦੋਂ ਰਾਈਟਰ ਬੰਦੇ ਨੇ ਸਿੰਗਰ ਲੱਭਣਾ ਹੁੰਦਾ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਇੱਕ ਵਧੀਆ ਆਵਾਜ਼ ਵੀ ਮਿਲਣੀ, ਹੈ ਨਾ, ਉਹ ਵੀ ਬਹੁਤ ਔਖਾ ਹੁੰਦਾ ਇੱਕ ਕਿ ਤੁਹਾਡੇ ਜਿਹੜੇ ਗਾਣੇ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚ ਸਕਣ, ਤਾਂ ਉਹ ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਤਾਂ ਕਦੋਂ ਤੋਂ ਮਤਲਬ ਕਿ ਜਿਹੜੇ ਸਿੰਗਰਸ ਦੇ ਗੇੜੇ ਹੈ ਉਹ ਕਦੋਂ ਤੋਂ ਸ਼ੁਰੂ ਹੋਏ? ਮੈਨੂੰ ਕੁਦਰਤੀ ਸਟਰਗਲ ਨਹੀਂ ਕਰਨੀ ਪਈ, ਮੈਂ ਪਹਿਲਾਂ ਲਿਖਦਾ ਸੀ ਕਵਿਤਾਵਾਂ, ਕਹਾਣੀਆਂ ਅਤੇ ਅਖਬਾਰਾਂ ਦੇ ਵਿੱਚ। ਮੈਂ ਪੰਜਾਬ ਦੇ ਗਾਇਕਾਂ ਬਾਰੇ ਲੋਕ ਸੁਰਾਂ ਟਾਈਟਲ ਹੇਠ ਅਕਾਲੀ ਪੱਤਰਿਕਾ ਦੇ ਵਿੱਚ ਸਾਰੇ ਵੱਡੇ ਨਾਮੀ ਜੀ ਉਹਨਾਂ ਗਾਇਕਾਂ ਅਤੇ ਗਾਇਕਾਵਾਂ ਬਾਰੇ ਰੇਖਾ ਚਿੱਤਰ ਲਿਖੇ। ਬਿਲਕੁਲ। ਫਿਰ ਇਸੇ ਤਰ੍ਹਾਂ ਉਹ ਅਕਾਲੀ ਪੱਤਰ, ਫਿਰ ਪੰਜਾਬੀ ਟ੍ਰਿਬਿਊਨ 'ਚ ਮੈਂ ਸੁਰਦਰਿਆਂ ਪਾਰ ਦੇ ਬੈਨਰ ਥੱਲੇ ਪਾਕਿਸਤਾਨ ਦੇ ਪੰਜਾਬੀ ਗਾਇਕਾਂ ਬਾਰੇ ਜੀ, ਗੁਲਾਮ ਅਲੀ, ਮਹਿਦੀ ਹਸਨ, ਰੇਸ਼ਮਾ, ਨੂਰ ਜਹਾਂ ਤੋਂ ਲੈ ਕੇ ਬਾਲੀ ਜੱਟੀ, ਆਸ਼ਕ ਜੱਟ ਤੱਕ ਲਿਖੇ ਜੀ। ਫਿਰ ਉਹ ਕਿਤਾਬਾਂ ਛਪੀਆਂ ਜੀ, ਅਤੇ ਉਹਦੇ ਨਾਲ ਕੀ ਆ ਵੀ ਮੇਰੇ ਜਿਹੜਾ ਕੰਮ ਦਾ ਢੰਗ ਤਰੀਕੇ ਸੀ ਇੰਨੇ, ਅਤੇ ਇਹ ਕੰਮ ਸਾਰਾ ਚਾਹੇ ਅਖਬਾਰ ਦੀ ਡਿਊਟੀ ਸੀ ਚਾਹੇ ਪੰਜਾਬੀ ਗਾਇਕੀ ਦੇ ਖੇਤਰ 'ਚ ਸੀ, ਆ ਵਿਚਰਨਾ ਸੀਗਾ ਦਿਨ ਰਾਤ, ਇਹ ਐਂ ਮੈਨੂੰ ਲੱਗਦਾ ਹੁੰਦਾ ਵੀ ਇਹ ਤੀਆਂ ਵਾਂਗ ਹੀ ਇਹ ਦਿਨ ਗੁਜ਼ਰੇ। ਅੱਛਾ। ਅਤੇ ਅਜੇ ਵੀ ਕਾਇਮ ਸੁਰਜੀਤ ਖਾਨ ਨੇ ਪਿਛਲੇ ਮੇਰੇ ਖਿਆਲ 1.5-2 ਸਾਲ 'ਚ ਮੇਰੇ 5-6 ਗੀਤ ਜੀ ਗਾਏ ਵੀ ਆ, ਅਤੇ ਉਹਨਾਂ ਦੀਆਂ ਵੀਡੀਓ ਵੀ ਬਣ ਕੇ ਆਈਆਂ, ਅਤੇ ਅੱਗੋਂ ਵੀ ਉਹ ਦੂਸਰਾ ਉਹਦੇ ਹੋਰ ਕੁਛ ਗੀਤ ਉਹ ਤਿਆਰ ਕਰ ਰਿਹਾ ਜੀ। ਮਤਲਬ ਕਿ ਜੇ ਆਪਾਂ ਪਹਿਲੇ ਗਾਣਿਆਂ ਦੀ ਗੱਲ ਕਰੀਏ ਕਿ ਤੁਹਾਨੂੰ ਬਹੁਤੀ ਜ਼ਿਆਦਾ ਸਟਰਗਲ ਨਹੀਂ ਕਰਨੀ ਪਈ, ਜਿਵੇਂ ਰਾਈਟਰਸ ਦੇ ਆਮ ਅਕਸਰ ਸੁਣਨ ਨੂੰ ਮਿਲਦਾ ਕਿ ਮੈਂ ਮਤਲਬ ਕਿ ਫਲਾਣੇ ਸਿੰਗਰ ਕੋਲ, ਉਹਦੇ 'ਚ ਇਹ ਹੋਇਆ ਵੀ ਬਾਈ ਚਾਂਸ ਪਹਿਲਾਂ ਗੀਤ ਤਾਂ ਮੇਰਾ ਜਿਵੇਂ ਉਹ ਜਾਨੀ ਚੋਰ ਛਿੰਦੇ ਨੇ ਗਾਇਆ ਜੀ, ਮੈਂ ਤਾਂ ਇਹੀ ਕਿਹਾ ਸੀਗਾ ਕਿ ਉਹ ਕਹਿਣ ਲੱਗੇ ਲੋਕ ਥਾਵਾਂ ਖਤਮ ਹੋ ਗਈਆਂ, ਲਓ ਜੀ ਪਹਿਲਾਂ ਮਾਣਕ ਨੇ ਗਾਤੀ, ਛਿੰਦੇ ਨੇ ਗਾਤੀਆਂ। ਮੈਂ ਕਿਹਾ ਨਹੀਂ ਅਜੇ ਇੱਕ ਰਹਿੰਦੀ ਆ, ਕਹਿੰਦੇ ਕਿਹੜੀ, ਮੈਂ ਕਿਹਾ ਜਾਨੀ ਚੋਰ, ਫਿਰ ਉਹ ਕਹਿੰਦੇ ਵੀ ਜਿਹੜਾ ਬੋਲੇ ਉਹੀ ਕੁੰਡਾ ਖੋਲੇ ਜੀ, ਇਹ ਤੂੰ ਹੀ ਲਿਖ ਕੇ ਦੇ। ਪਰ ਉਹ ਮੈਂ ਉਹਨੂੰ ਸਮਝਦਾ ਵੀ ਉਹ ਮੇਰੀ ਕ੍ਰੀਏਟਿਵ ਰਚਨਾ ਨਹੀਂ ਸੀਗੀ, ਉਹ ਇੱਕ ਤਰ੍ਹਾਂ ਨਾਲ ਕਿ ਉਹ ਕਿੱਸੇ 'ਤੇ ਆਧਾਰਿਤ ਸੀ। ਹਾਂਜੀ। ਫਿਰ ਕੀ ਹੋਇਆ ਕਿ ਉਦੋਂ ਜਦੋਂ ਇੱਕ ਵਾਰ ਲਹਿਰ ਚੱਲੀ ਸੀਗੀ ਆਪਣਾ
ਨਾਜ਼ੀਆ ਹਸਨ ਉਹਦੀ ਚੁੱਠੀ ਸੀਗੀ ਡਿਸਕੋਲੈਰ ਜੀ। ਉਦੋਂ ਮੈਂ ਲਿਖਣਾ ਤਾਂ ਲੇਖ ਸੀ, ਉਹ ਲੇਖ ਨਾ ਲਿਖ ਸਕਿਆ ਕਿਉਂਕਿ ਐਕਸੀਡੈਂਟ ਦੇ ਵਿੱਚ ਮੇਰੇ ਹੱਥ 'ਤੇ ਸੱਟ ਲੱਗ ਗਈ ਜੀ। ਸੋ ਗੂਠੇ 'ਤੇ ਚੀਚੀ ਨਾਲ ਮੈਂ ਸੋਚਿਆ ਜਿਹੜਾ ਡਿਸਕੋ ਲਹਿਰ ਦਾ ਪੰਜਾਬੀ ਗਾਇਕੀ 'ਤੇ ਪ੍ਰਭਾਵ ਸੀ ਵੀ ਇਹਨੂੰ ਗੀਤ ਵਿੱਚ ਹੀ ਪਰੋਲਾਂ ਜੀ। ਉਹ ਮੈਨੂੰ ਕਲਾਕਾਰੀ ਦੇ ਨਾਲ ਸ਼ਿਲਪਕਾਰੀ ਜਿਹੀ ਵੀ ਆਉਂਦੀ ਹੈ, ਜਿਵੇਂ ਉਹ ਜਾਦੂਗਰ ਕਰਦਾ ਨਾ ਵੀ ਇੱਕ ਵਾਲ ਦੋ ਵਾਲ ਫਿਰ ਚਾਰ ਵਾਲਾਂ ਟਪਾਉਣ 'ਚ ਲੱਗ ਜਾਂਦਾ ਜੀ। ਅਤੇ ਉਹ ਮੈਂ ਉਹ ਗੀਤ ਲਿਖਿਆ, ਉਹ ਗੀਤ ਇੰਨਾ ਪਸੰਦ ਆ ਗਿਆ, ਉਦੋਂ ਗੁਰਦਾਸ ਮਾਨ ਦੀ ਇੱਛਾ ਸੀ ਉਹ ਰਿਕਾਰਡ ਕਰਾਵੇ, ਕੁਲਦੀਪ ਪਾਰਸ ਨੇ ਵੀ ਕਰਾਤਾ ਸੀ, ਸਰਦੂਲ ਸਿਕੰਦਰ ਨੂੰ ਪਸੰਦ ਆ ਗਿਆ, ਉਹ ਊਜਾ ਸਾਹਿਬ ਕੋਲ ਲੈ ਗਿਆ, ਉਹਨੇ ਕਰਾਤਾ ਅਤੇ ਉਹ ਗੀਤ ਸਾਹਮਣੇ ਆਇਆ ਤਾਂ ਇੱਕਦਮ ਮੇਰੇ ਗੀਤਾਂ ਦੀ ਗਾਇਕ ਭਾਈਚਾਰੇ ਵੱਲੋਂ ਮੰਗ ਉੱਠ ਖੜੀ। ਉਹਦੀਆਂ ਦੋ ਚਾਰ ਲਾਈਨਾਂ ਮੈਂ ਦੱਸਦਾ ਵੀ ਉਹ ਗੀਤ ਆਪਣੇ ਆਪ 'ਚ ਧਿਆਨ ਖਿੱਚ ਗਿਆ। ਉਸੀ ਕਿ ਚੱਲੀ ਡਿਸਕੋ ਦੀ ਲਹਿਰ, ਪੁੰਜੇ ਲੱਗਦੇ ਨਾ ਪੈਰ, ਹੁਣ ਦਿਸਦੀ ਨਾ ਖੈਰ, ਸਾਡਾ ਤੂੰਬਾ ਤਾਂ ਵਿਚਾਰਾ ਤਾਰ ਤਾਰ ਹੋ ਗਿਆ, ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ, ਚਾਦਰੇ ਨੂੰ ਛੱਡ ਛਿੰਦੇ ਜੀਨ ਨੂੰ ਸਵਾ ਲਿਆ, ਲਾ ਕੇ ਪੱਗ ਮਾਣਕ ਨੇ ਸੂਟ ਬੂਟ ਪਾ ਲਿਆ, ਮਾਨ ਮਰ ਜਾਣਾ ਪਹਿਲਾਂ ਰਿਹਾ ਦੁਰਕਾਰ ਦਾ, ਹੁਣ ਜਿੰਨਾ ਗਾਉਂਦਾ ਛਾਲਾਂ ਉੰਨੀਆਂ ਹੀ ਮਾਰਦਾ, ਕਿਸੇ ਇੱਕ ਦਾ ਨਹੀਂ ਦੋਸ਼, ਸਾਰੇ ਹੋ ਗਏ ਮਦਹੋਸ਼, ਸਾਡਾ ਵਿਰਸਾ ਤਾਂ ਸਾਰਾ ਹੀ ਲੰਗਾਰ ਹੋ ਗਿਆ, ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ। ਕਿਆ ਬਹੁਤ ਵਧੀਆ, ਬਹੁਤ ਸੋਹਣਾ ਅਤੇ ਬਹੁਤ ਵਧੀਆ ਲੱਗਿਆ ਜੀ। ਇਹ ਸਾਰੀਆਂ ਪੁਰਾਣੀਆਂ ਯਾਦਾਂ, ਇਹ ਹਰ ਇੱਕ ਜਿਹੜੇ ਪੁਰਾਣੇ ਬੰਦੇ ਕਿ ਚਲੋ, ਕਿਉਂਕਿ ਤੁਸੀਂ ਐਸੇ ਨਾਮ ਵੀ ਲਏ ਆ, ਈਵਨ ਕਿ ਮੈਂ ਵੀ ਕਈ ਨਾਮ ਉਹਨਾਂ ਵਿੱਚੋਂ ਨਹੀਂ ਸੁਣੇ ਹੈਗੇ, ਸਹੀ ਗੱਲ ਸਰ, ਪਰ ਕੁਛ ਜਿਹੜੇ ਗਾਣੇ ਹੈਗੇ ਉਹ ਲੋਕਾਂ ਦੇ ਦਿਲਾਂ 'ਚ, ਕਿਉਂਕਿ ਕਈ ਵਾਰ ਇਹ ਹੁੰਦਾ ਕਿ ਆਰਟਿਸਟ ਦੀ ਪਛਾਣ ਨਹੀਂ ਹੁੰਦੀ, ਬਟ ਉਹਨਾਂ ਦੇ ਗਾਣਿਆਂ ਦੀ ਪਹਿਚਾਣ ਬਹੁਤ ਜ਼ਿਆਦਾ ਆਉਂਦੀ ਹੈ। ਹੁਣ ਜਿਵੇਂ ਮੈਂ ਗੱਲ ਕਰਦਾ ਹੁੰਦਾ ਵੀ ਚਾਂਦੀ ਰਾਮ ਜੀ, ਕਿਸੇ ਵੇਲੇ ਦੇ ਜੇ ਪੰਜ ਗਾਇਕ ਗਿਣੇ ਜਾਂਦੇ ਸੀ ਤਾਂ ਚਾਂਦੀ ਰਾਮ ਉਹਦਾ ਨਾਂ 'ਚ ਸੀਗਾ ਜੀ। ਹੁਣ ਗੈਪ ਇੰਨਾ ਪੈ ਗਿਆ, ਜੇ ਆਪਾਂ ਕਿਸੇ ਨੂੰ ਕਹਿੰਦੇ ਹਾਂ ਕਿ ਬਈ ਇੱਕ ਚਾਂਦੀ ਰਾਮ ਹੁੰਦਾ ਸੀ ਤਾਂ ਕਈ ਕਹਿਣਗੇ ਵੀ ਸਾਨੂੰ ਤਾਂ ਸੁਣਿਆ ਨਹੀਂ, ਕੌਣ ਆ। ਫਿਰ ਜੇ ਆਪਾਂ ਇਹ ਕਹੀਏ ਕਿ ਗੀਤ ਆਇਆ ਸੀ ਲੈ ਜਾ ਛੱਲੀਆਂ ਬਣਾ ਲੈਂਦਾ ਨੇ ਜੀ, ਤਾਂ ਫਿਰ ਕਈ ਉਹਦੇ 'ਚੋਂ ਕਈ ਕਹਿਣਗੇ ਹਾਂ ਹਾਂ ਅੱਛਾ ਇਹ ਤਾਂ ਸੁਣਿਆ। ਉਹ ਜਿਹੜੀ ਮੈਂ ਕਿਤਾਬ ਤਿਆਰ ਕਰ ਰਿਹਾ ਸੁਸਤੀ 'ਚ ਲੇਟ ਹੋਈ ਜਾਂਦੀ ਹੈ, ਉਹਦੇ 'ਚ ਫਿਰ ਮੈਂ ਇੱਦਾਂ ਦੇ ਵੇਰਵੇ ਪਾਏ ਆ, ਉਹਦੇ 'ਚ ਜਾਣਕਾਰੀ ਵੀ ਹੈ ਦਿੱਤੀ ਅਤੇ ਦਿਲਚਸਪ ਤੱਤ ਵੀ ਹੈਗਾ। ਹੁਣ ਉਹਦੇ 'ਚ ਮੈਂ ਕਹਿਣਾ ਚਾਹੁੰਦਾ, ਜਿਹੜਾ ਚਾਂਦੀ ਰਾਮ ਜਿਸ ਗੀਤ ਕਾਰਨ ਜਾਣਿਆ ਜਾਂਦਾ ਲੈ ਜਾ ਛੱਲੀਆਂ ਬਣਾ ਲਈ ਦਾਣੇ, ਇਹ ਸੱਤਰ ਤਾਂ ਚਾਂਦੀ ਰਾਮ ਨੇ ਗਾਈ ਹੋਈ ਨਹੀਂ ਜੀ, ਇਹ ਸੱਤਰ ਤਾਂ ਉਹਦੀ ਜਿਹੜੀ ਘਰ ਵਾਲੀ ਸੀ ਜਿਹੜੀ ਗਾਇਕਾ ਵੀ ਸੀਗੀ ਜੀ, ਇਹ ਤਾਂ ਸ਼ਾਂਤੀ ਦੇਵੀ ਨੇ ਗਾਈ ਹੈ। ਬਿਲਕੁਲ, ਚਾਂਦੀ ਰਾਮ ਤਾਂ ਕਹਿੰਦਾ ਵੀ ਤੇਰੀ ਖੁਸ਼ਕ ਮੱਕੀ ਦੇ ਦਾਣੇ ਮਿੱਤਰਾਂ ਨੇ ਨਹੀਂ ਉਹ ਚੱਪਣੇ, ਸ਼ਾਂਤੀ ਦੇਵੀ ਕਹਿੰਦੀ ਹੈ ਲੈ ਜਾ ਛੱਲੀਆਂ ਬਣਾ ਲਈ ਦਾਣੇ। ਬਿਲਕੁਲ, ਉਹਦੇ 'ਚ ਯਮਲਾ ਜੀ ਬਾਰੇ, ਗੁਰਦਾਸ ਮਾਨ ਬਾਰੇ, ਸੁਰਿੰਦਰ ਕੌਰ ਬਾਰੇ, ਹਰਚਰਨ ਗਰੇਵਾਲ ਬਾਰੇ, ਇਹਨਾਂ ਦੀ ਜ਼ਿੰਦਗੀ ਦੇ ਜਿਹੜੇ ਦਿਲਚਸਪ ਪਹਿਲੂ ਅਤੇ ਜਾਣਕਾਰੀ ਵਾਲੇ ਪਹਿਲੂ ਆ, ਅਤੇ ਉਹ ਸਾਰਿਆਂ ਨੂੰ ਮੈਂ ਸਾਹਮਣੇ ਲਿਆ ਰਿਹਾ। ਮੈਂ ਹੁਣ ਜਿਵੇਂ ਕੁਲਦੀਪ ਮਾਣਕ ਨੂੰ ਆਪਾਂ ਕਹਿ ਦਿੰਦੇ ਹਾਂ ਕਲੀਆਂ ਦਾ ਬਾਦਸ਼ਾਹ, ਆਮ ਤੌਰ 'ਤੇ ਕਲੀਆਂ ਦਾ ਬਾਦਸ਼ਾਹ, ਲੋਕ ਥਾਵਾਂ ਦਾ ਬਾਦਸ਼ਾਹ ਘੱਟ ਕਿਹਾ ਜਾਂਦਾ, ਕਲੀ ਇੱਕ ਖਾਸ ਬਹਿਰ ਆ, ਮੀਟਰ ਆ, ਜਿਵੇਂ ਕਵਿਤ ਹੋਰ ਆ, ਰਵਾਈ ਹੋਰ ਆ, ਗਜ਼ਲ ਹੋਰ ਆ, ਗੀਤ ਹੋਰ ਆ, ਕਵਿਤਾ ਹੋਰ ਆ। ਬਿਲਕੁਲ, ਇਸੇ ਤਰ੍ਹਾਂ ਚਵਰਗੇ ਹੋਰ ਆ, ਉਹ ਜਿਹੜਾ ਮੀਟਰ ਆ ਨਾ ਕਿ ਚੱਕ ਕੇ ਝੰਮਣ ਹੀਰ ਡੋਲੀ ਬਹਿ ਗਈ ਖੇੜਿਆਂ ਦੀ, ਰਾਂਝੇ ਯਾਰ ਨੇ ਦੁਹੱਥੜ ਪੱਟੀ ਮਾਰੀ, ਜਾਂ ਤੇਰੇ ਟਿੱਲੇ ਤੋਂ ਸੂਰਤ ਦੀਂਦੀ ਆ ਹੀਰ ਦੀ, ਉਹ ਲੈ ਵੇਖ ਗੁਰ। ਇਹ ਜਿਹੜਾ ਮੀਟਰ ਆ ਇਹ ਕਲੀ ਆ, ਜਿਹਨੂੰ ਜਗਰਾਉਂ ਰੋਸ਼ਨੀ ਮੇਲੇ ਦੀ ਉਪਜ ਗਿਣਿਆ ਜਾਂਦਾ ਇਸ ਕਲੀ ਨੂੰ, ਇਸ ਮੀਟਰ ਨੂੰ। ਇਹਦੇ ਵਿੱਚ ਜਿਹੜੀਆਂ ਗਾਈਆਂ ਉਹ ਤਾਂ ਮੇਰਾ ਖਿਆਲ 8-10 ਮਸਾਂ ਗਾਈਆਂ ਮਾਣਕ ਨੇ, ਸੋ ਉਹਨੂੰ ਕਲੀਆਂ ਦਾ ਬਾਦਸ਼ਾਹ ਦੀ ਬਜਾਏ ਢੁਕਵਾਂ ਜ਼ਿਆਦਾ ਕਿ ਉਹਨੂੰ ਲੋਕ ਗਥਾਵਾਂ ਦਾ ਬਾਦਸ਼ਾਹ ਕਿਹਾ ਜਾਵੇ। ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਕਿਤੇ ਹੋਰ ਉਹ 'ਚ ਇੰਨੀਆਂ ਜਾਣਕਾਰੀ ਭਰਪੂਰ ਗੱਲਾਂ। ਕੁਲਦੀਪ ਮਾਣਕ ਦਾ ਇੱਕ ਬਹੁਤ ਮਸ਼ਹੂਰ ਗੀਤ ਸੀ ਦੇਵ ਤਰੀਕੇਲ ਦਾ ਲਿਖਿਆ, ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਭਗਤ ਸਿੰਘ ਸੂਰਮੇ 'ਤੇ ਜੀ, ਦਫ਼ਾ ਲਾ ਕੇ ਸਾਰਾ ਟੱਬਰ ਮਿਲਣਾ ਉਹਦਾ। ਬਿਲਕੁਲ, ਉਹਦੇ 'ਚ ਹੁਣ ਇਤਿਹਾਸਕ ਗਲਤੀ ਕੀ ਹੋ ਗਈ? ਇੱਕ ਅੰਤਰੇ 'ਚ ਜਾ ਕੇ ਗੱਲ ਆਉਂਦੀ ਆ ਬਈ ਤੂੰ ਡੋਲ ਨਾ ਤੂੰ ਜਾਈ ਬੱਚਿਆ, ਜਿਵੇਂ ਤੇਰਾ ਸੀ ਅਜੀਤ ਸਿੰਘ ਚਾਚਾ ਦੇਸ਼ ਲਈ ਸ਼ਹੀਦ ਹੋ ਗਿਆ ਹੱਸ ਕੇ, ਕੌਮ ਲਈ ਕਿੰਜ ਮਾਰਨਾ ਗਿਆ ਦੱਸ ਕੇ। ਉਹ ਤਾਂ 1947 'ਚ ਡੈਥ ਹੁੰਦੀ ਹੈ ਚਾਚੇ ਦੀ, ਅਤੇ 1931 'ਚ ਭਗਤ ਸਿੰਘ ਹੁਣਾਂ ਦਾ ਫਿਰ ਵਾ। ਹੁਣ 1931 ਵਾਲਾ 1947 ਵਾਲੇ ਦੀ ਉਦਾਹਰਣ ਦੇ ਰਿਹਾ, ਅਤੇ ਜਿਵੇਂ ਦਦਾਰ ਸੰਧੂ ਤੋਂ ਹਾਂਜੀ ਉਕਾਈ ਹੋ ਗਈ, ਗਲਤੀ ਹੋ ਗਈ, ਪਰ ਇਹ ਦਿਲਚਸਪੀ ਦੇ ਤੌਰ 'ਤੇ ਮੈਂ ਇਹਨਾਂ ਨੂੰ ਜਾਣਕਾਰੀ ਦੇ ਰਿਹਾ। ਉਹਦਾ ਮਸ਼ਹੂਰ ਗੀਤ ਸੀਗਾ ਜੋੜੀ ਜਦੋਂ ਚੁਬਾਰੇ ਚੜ੍ਹਦੀ ਜੀ, ਜੋੜੀ ਜਦੋਂ ਚੁਬਾਰੇ ਚੜ੍ਹਦੀ ਸਾਨੂੰ ਵੇਖ ਗੁਆਂਢਣ ਸੜਦੀ, ਸਾਰੇ ਪਿੰਡ ਵਿੱਚ ਗੱਲਾਂ ਕਰਦੀ ਮੇਰੇ ਹੌਲੇ ਭਰਦੀਆਂ ਜੀ। ਅਤੇ ਹੁਣ ਉਹ ਇੱਕ ਥਾਂ 'ਤੇ ਤਾਂ ਕਹਿੰਦਾ ਵੀ ਵਹੁਟੀ ਜਿਉਂ ਚਾਂਦੀ ਦਾ ਛੱਲਾ ਨਹੀਂ ਮੈਂ ਪੁੱਤ ਬੁੜੀ ਦਾ ਇਕੱਲਾ, ਉਹਦੇ ਤਾਂ ਉਹ ਇਕੱਲਾ ਪੁੱਤ ਆ, ਅਤੇ ਗਾਂ ਅੰਤਰੇ 'ਚ ਆ ਗਿਆ ਤੇਰਾ ਜੇਠ ਖੰਘੂਰੇ ਮਾਰੇ, ਜਿਹਨੂੰ ਇਕੱਲਾ ਪੁੱਤ ਤਾਂ ਫਿਰ ਜੇਠ ਕਿੱਥੋਂ ਆ ਗਿਆ। ਬਿਲਕੁਲ, ਮੈਂ ਇੱਦਾਂ ਦੀ ਬੜੀ ਲਿਸਟ ਬਣਾਈ ਹੋਈ ਆ ਜਾਂ ਹੋਰ ਜਾਣਕਾਰੀ ਵਾਲੀਆਂ ਨਾ ਪਿਆਰੀਆਂ ਗੱਲਾਂ। ਮੈਂ ਮਤਲਬ ਕਿ ਗੱਲ ਤੁਸੀਂ ਕੰਟੀਨਿਊ ਰੱਖੀ, ਮੈਂ ਇਸ ਕਰਕੇ ਵਿੱਚ ਡਿਸਟਰਬ ਨਹੀਂ ਕੀਤਾ, ਮੈਂ ਇਸ ਗੱਲ ਬੁੱਕ ਬਾਰੇ ਵੀ ਜਾਣਕਾਰੀ ਲੈਣੀ ਸੀ, ਕਿਉਂਕਿ ਇੱਕ ਮੈਂ ਥੋੜ੍ਹਾ ਈਵੈਂਟ ਦੇਖਿਆ ਸੀਗਾ ਉਹਦੇ ਵਿੱਚ ਤੁਸੀਂ ਕਾਫੀ ਦਿਲਚਸਪ ਇਹ ਗੱਲਾਂ ਕੀਤੀਆਂ ਸੀਗੀਆਂ, ਹਾਂ ਕੀਤੀਆਂ ਸੀ ਮੈਂ, ਅਤੇ ਬਹੁਤ
ਮੈਂ ਉਹੀ ਕਿ ਅਗਰ ਗੱਲ ਕਰੀਏ ਤੁਹਾਡੀ ਹੈ ਨਾ, ਤੁਹਾਡੇ ਕੋਲ ਇੱਕ ਤੁਹਾਡੇ ਬਾਰੇ ਇੱਕ ਗੱਲ ਬਹੁਤ ਮਸ਼ਹੂਰ ਹੈ ਕਿ ਤੁਹਾਡੇ ਕੋਲ ਇੰਨੀ ਪੀੜ੍ਹੀਆਂ ਦੇ ਨਾਲ ਤੁਸੀਂ ਗੱਲਬਾਤ ਕੀਤੀ, ਇੰਨੇ ਸਿੰਗਰ ਦੇ ਨਾਲ ਤੁਹਾਡਾ ਵਿੱਚ ਰਿਹਾ ਹੈ ਨਾ, ਰਾਈਟਰ ਸਿੰਗਰ ਸਾਰੇ ਕੰਪਨੀਜ਼ ਵਾਲਿਆਂ ਨਾਲ, ਹੈ ਨਾ, ਤੁਹਾਡੇ ਕੋਲ ਬਹੁਤ ਐਸਾ ਮੈਟਰ ਹੈਗਾ ਜਿਹੜੀਆਂ ਗੱਲਾਂ ਹੀ ਕਹਿ ਲਓ, ਹੈ ਨਾ, ਬਹੁਤ ਸਾਰੀਆਂ ਐਸੀ ਦਿਲਚਸਪ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਸਾਹਮਣੇ ਅਗਰ ਜੇ ਆ ਜਾਣ ਤਾਂ ਲੋਕ ਹੈਰਾਨ ਹੋ ਜਾਣਗੇ ਕਿ ਫਲਾਣਾ ਬੰਦਾ ਇੱਦਾਂ ਦਾ ਸੀਗਾ ਆਰਟਿਸਟ ਬਾਰੇ। ਇਸੇ ਕਰਕੇ ਜਦੋਂ ਕਈ ਵਾਰ ਮਹਿਫਲਾਂ 'ਚ ਸੁਣਾਈਆਂ ਜਾਂਦਾ ਉਹ ਕਹਿੰਦੇ ਵੀ ਯਾਰ ਇਹ ਤਾਂ ਚਾਰ ਬੰਦੇ ਸੁਣ ਰਹੇ ਆ, ਇਹ ਤਾਂ ਸਾਰਿਆਂ ਦੇ ਸਾਹਮਣੇ ਲਿਆਉਣੀਆਂ ਚਾਹੀਦੀਆਂ ਜੀ। ਇਸੇ ਬਹਿਸ ਮਵਾਸੇ 'ਚੋਂ ਹੀ ਜਿਹੜੀ ਉਪਜਿਆ ਮੇਰਾ ਜਿਹੜਾ ਇਨਕਲਾਬੀ ਕਵੀ ਪਾਸ਼ ਜੀ ਕਤਲ ਹੋ ਗਿਆ ਸੀਗਾ, ਉਹਦੇ ਬਾਰੇ ਜਦੋਂ ਮੈਂ ਗੱਲਾਂ ਸੁਣਾਉਂਦਾ ਸੀ ਉਹਨੇ ਕਿਹੜੀ ਕਵਿਤਾ ਕਿਉਂ ਲਿਖੀ, ਕਦੋਂ ਲਿਖੀ ਅਤੇ ਕਿਵੇਂ ਲਿਖੀ, ਉਹ ਸਾਰੇ ਵੇਰਵੇ ਜਦੋਂ ਉਹ ਛਪੇ ਤਾਂ ਉਹ ਕਹਿਣ ਲੱਗੇ ਵੀ ਪਾਸ਼ ਦੀ ਤਾਂ ਪੋਇਟਰੀ ਸਾਨੂੰ ਨਵੇਂ ਸਿਰਿਓਂ ਪੜ੍ਹਨੀ ਪੈਣੀ ਹੈ ਜੀ। ਹੁਣ ਉਹ 'ਚ ਮੈਂ ਇੱਕ ਥਾਂ 'ਤੇ ਦੱਸਿਆ ਵੀ ਜਦੋਂ ਇਹ 11ਵੀਂ ਜਮਾਤ ਦਾ ਸਟੂਡੈਂਟ ਸੀ ਜਲੰਧਰ ਕਾਲਜ ਦੇ ਵਿੱਚ ਪਾਸ਼, ਬਿਲਕੁਲ ਪ੍ਰੀ ਯੂਨੀਵਰਸਿਟੀ ਦਾ 11ਵੀਂ ਦਾ ਸਟੂਡੈਂਟ ਆ, ਦਿੱਲੀ ਯੂਨੀਵਰਸਿਟੀ 'ਚ ਉਹਦੀ 16ਵੀਂ ਦੇ ਵਿੱਚ ਐੱਮ ਏ ਦੇ ਵਿੱਚ ਉਹਦੀ ਕੋਰਸ ਦੇ ਵਿੱਚ ਕਿਤਾਬ ਲੱਗ ਗਈ, 11ਵੀਂ ਦੇ ਵਿਦਿਆਰਥੀ ਦੀ 16ਵੀਂ ਜਮਾਤ ਦੇ ਵਿੱਚ। ਇਹ ਹੁਣ ਫਿਰ ਜਾਣਕਾਰੀ ਵਾਲੀਆਂ ਗੱਲਾਂ ਜਿਹੀਆਂ ਤਾਂ ਬਣਦੀਆਂ ਪਿਆਰੀਆਂ ਵੀ ਉਹਦਾ ਜਿਹੜਾ ਚਵਾਰਾ ਸੀਗਾ ਉਹੀ ਡਰਾਇੰਗ ਰੂਮ ਸੀ, ਉਹੀ ਰੀਡਿੰਗ ਰੂਮ ਸੀ, ਉਹੀ ਗੈਸਟ ਰੂਮ ਸੀ, ਉਹਦੇ 'ਚ ਇੱਕ ਜਿਹੜਾ ਚੱਪਣ ਜਿਹਾ ਹੁੰਦਾ ਸੀਗਾ ਉਹ ਚੱਪਣ ਦੇ ਉੱਤੇ ਉਹਨੇ ਚੱਪਣ ਨੂੰ ਐਸ਼ਟਰੇ ਬਣਾਇਆ ਹੋਇਆ ਸੀ ਅਤੇ ਉਹਦੇ 'ਚ ਜਿਹੜੀ ਵਿੱਟ ਹਿਊਮਰ ਸੀ ਉਹਨੇ ਚੱਪਣ ਦੇ ਉੱਤੇ ਐਂ ਕਾਲੀ ਸਿਆਹੀ ਨਾਲ ਮੋਟਾ ਕਰਕੇ ਲਿਖਿਆ ਹੋਇਆ ਸੀ ਵੀ ਸਵਾਹ ਮੇਰੇ ਸਿਰ ਵਿੱਚ ਪਾਓ ਜੀ। ਇਹ ਉਹਦਾ ਹਾਸੇ ਖੇਡੇ ਦਾ ਸੁਭਾਅ ਸੀ ਉਹ ਜ਼ਿੰਦਗੀ 'ਚ, ਇਹਦਾ ਮਤਲਬ ਉਹ ਗੱਲਾਂ ਨੂੰ ਮਟਕਾਉਣ ਜਾਣਦਾ ਸੀ। ਕਿਆ ਬਾਤ ਹੈ ਜੀ, ਬਹੁਤ ਵਧੀਆ ਤੁਹਾਡੇ ਨਾਲ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ, ਤੁਹਾਡੇ ਨਾਲ ਇੱਕ ਨਾਮ ਹਮੇਸ਼ਾ ਤੋਂ ਜੁੜਦਾ ਹਮੇਸ਼ਾ ਚੱਲਦਾ ਰਿਹਾ ਹੈ ਨਾ, ਅਤੇ ਹੁਣ ਵੀ ਸੁਰਜੀਤ ਬਿੰਦ ਰੱਖਿਆ ਜੀ ਦਾ ਹੈ ਨਾ, ਬਹੁਤ ਵਧੀਆ ਲੈਜੈਂਡ ਆਰਟਿਸਟ ਹੋਏ ਨੇ ਪੰਜਾਬੀ ਇੰਡਸਟਰੀ ਦੇ ਹੈ ਨਾ, ਅਤੇ ਉਹਨਾਂ ਦੇ ਨਾਲ ਤੁਹਾਡਾ ਸਭ ਤੋਂ ਵੱਧ ਪਿਆਰ ਰਿਹਾ, ਅਗਰ ਆਪਾਂ ਗੱਲ ਕਰੀਏ ਗਾਣੇ ਵੀ ਸਭ ਤੋਂ ਵੱਧ ਉਹਨਾਂ ਨਾਲ ਆਏ, ਅਤੇ ਕਿੱਦਾਂ ਉਹਨਾਂ ਨਾਲ ਜਿਹੜਾ ਆਪਾਂ ਕਹਿ ਲਈਏ ਕਿ ਮਿਲਾਪ ਕਿੱਦਾਂ ਹੋਇਆ ਸੀਗਾ? ਮੈਂ ਜਦੋਂ ਲੁਧਿਆਣਾ 'ਚ ਬੰਗਾ ਛੱਡ ਕੇ ਪੰਜਾਬੀ ਟ੍ਰਿਬਿਊਨ ਦੀ ਨੌਕਰੀ ਕਰਨ ਲਈ ਚੰਡੀਗੜ੍ਹ ਆ ਗਿਆ ਸੀ ਜੀ, ਤਾਂ ਇੱਥੇ ਗੜ੍ਹ ਸੀ ਟਗੋਰ ਥੀਏਟਰ, ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਸਮਾਗਮ ਹੋਇਆ ਰਹਿੰਦਾ ਸੀ, ਸੋ ਉਹਨਾਂ ਦੀ ਕਵਰੇਜ ਵਾਸਤੇ ਸਾਡੀ ਡਿਊਟੀ ਲੱਗਦੀ ਸੀ ਵੀ ਉਹ ਜਾ ਕੇ ਸੱਭਿਆਚਾਰਕ ਸੰਗੀਤਕ ਨਾਟਕ ਵਗੈਰਾ ਵੀ ਹੁੰਦੇ ਸੀਗੇ, ਉਹ ਕਵਰੇਜ ਲਈ ਅਸੀਂ ਆਏ ਸੀ, ਅਤੇ ਨਾਲ ਦੀ ਨਾਲ ਮੇਰਾ ਕਿਉਂਕਿ ਮੈਂ ਪਿੱਛੋਂ ਪਿਛੋਕੜ 'ਚੋਂ ਇਹਨਾਂ ਤਜਰਬੇ 'ਚ ਆਇਆ ਹੋਇਆ ਸੀ, ਮੇਰਾ ਭੱਥਾ ਤੀਰਾਂ ਨਾਲ ਭਰਪੂਰ ਸੀ ਜੀ, ਅਤੇ ਮੈਂ ਚਾਹੁੰਦਾ ਸੀ ਇਹ ਕਿੱਥੇ ਲਾਏ ਜਾਣ। ਸੁਰਜੀਤ ਬਿੰਦ ਰੱਖੀਆ ਭੰਗੜਾ ਟੀਮ ਨਾਲ ਬੋਲੀਆਂ ਪਾਉਣ ਵਾਸਤੇ ਆਇਆ ਸੀਗਾ, ਅਤੇ ਮੈਨੂੰ ਲੱਗਿਆ ਕਿ ਆਹ ਆਵਾਜ਼ ਜਿਹੜੀ ਆ, ਉਦੋਂ 7-8 ਸੀ ਮੇਰੇ ਜ਼ਿਹਨ 'ਚ ਘੁੰਮਦੇ, ਭੁਪਿੰਦਰ ਬੱਬਲ ਵੀ ਸੀ, ਪਵਨਦੀਪ ਖੰਨੇ ਦਾ ਸੀ, ਬਿੰਦ ਰੱਖੀਆ ਵੀ ਸੀ, 3-4 ਹੋਰ ਜੀ ਨਾਂ ਵੀ ਸੀਗੇ। ਉਹ ਸੁਣਦੇ ਮੈਨੂੰ ਲੱਗਿਆ ਵੀ ਆਹ ਠੀਕ ਆ, ਮੈਂ ਇਹਨੂੰ ਪ੍ਰੋਗਰਾਮ ਤੋਂ ਬਾਅਦ ਤਾਂ ਉਹਨੂੰ ਮਿਲਣ ਜਾ ਰਿਹਾ ਪਿਛਲੇ ਪਾਸੇ ਟਗੋਰ ਥੀਏਟਰ 'ਚ ਜੀ, ਇਹ ਮੈਨੂੰ ਮਿਲਣ ਆ ਰਿਹਾ ਕਿਉਂਕਿ ਉੱਥੇ ਅਨਾਊਂਸਮੈਂਟ ਹੀ ਹੋਈ ਸੀ ਪੰਜਾਬੀ ਟ੍ਰਿਬਿਊਨ ਵੱਲੋਂ ਆਇਆ, ਮੇਰਾ ਗਾਇਕਾਂ ਬਾਰੇ ਮੇਰੇ ਆਰਟੀਕਲ 'ਚ ਬਹੁਤ ਸ਼ਬਦ ਬਿਲਕੁਲ, ਉਸ ਸਾਡੀ ਛੋਟੀ ਜਿਹੀ ਮੁਲਾਕਾਤ ਬਹੁਤ ਗੂੜੀ ਮੁਲਾਕਾਤ ਬਣ ਗਈ। ਉਹ ਇੱਕ ਐਸਾ ਦੌਰ ਸੀ ਸੱਤੀ ਜੀ ਕਿ ਪੰਜਾਬੀ ਫਿਲਮਾਂ ਵਾਲੇ ਪ੍ਰੋਡਿਊਸਰ ਡਾਇਰੈਕਟਰ ਉਹ ਸਾਡਾ ਭਾਈਚਾਰਾ ਸੀ, ਮੇਰੇ ਬਹੁਤ ਜ਼ਿਆਦਾ ਦੋਸਤ ਸੀ, ਜਗਜੀਤ ਚੂੜਚੱਕ, ਰਵਿੰਦਰ ਰਵੀ, ਵਰਿੰਦਰ ਇਕਬਾਲ ਢਿੱਲੋਂ ਹੋਣੀ ਜੀ, ਉਹਦੇ ਵਿੱਚ ਜਿਹੜਾ ਗੀਤ ਸੰਗੀਤ ਹੁੰਦਾ ਸੀ ਉਹਦਾ ਸਾਰਾ ਮੇਰੇ 'ਤੇ ਜਮ੍ਹਾਂ ਹੁੰਦਾ ਸੀ ਵੀ ਕਿਹੜੇ ਗਾਇਕ ਤੋਂ ਗਵਾਉਣਾ, ਕੀ ਤੋਂ ਨਹੀਂ ਗਵਾਉਣਾ, ਕੀ ਤੋਂ ਲਿਖਾਉਣਾ, ਛਿੰਦੇ ਤੋਂ ਗਵਾਉਣਾ, ਕਦੇਵ ਤਰੀਕੇ ਵਾਲੇ ਤੋਂ ਲਿਖਾਉਣਾ ਜੀ, ਉਹ ਦਿਲਸ਼ਾਦ ਅਖਤਰ, ਸਰਬਜੀਤ ਕੋਕੇ ਵਾਲੀ, ਉਹ ਫਿਰ ਅਣਖ ਜੱਟਾਂ ਦੀ ਫਿਲਮ ਬਣਦੀ ਸੀ ਅਤੇ ਸਾਰਾ ਕਾਰ ਅਖਤਿਆਰ ਮੇਰਾ ਸੀਗਾ, ਅਤੇ ਮੈਂ ਉਹਨਾਂ ਨੂੰ ਕਹਿਤਾ ਇਕਬਾਲ ਉਹਨਾਂ ਨੂੰ ਵੀ ਨਵੇਂ ਸਿੰਗਰ ਨੂੰ ਵੀ ਮੌਕਾ ਦਿੱਤਾ ਜਾਵੇ, ਇੱਕ ਗੀਤ ਉਹ ਤੋਂ ਵੀ ਗਵਾ ਲਈਏ ਜੀ, ਬਾਕੀ ਭਾਰ ਪੁਰਾਣੇ ਚੱਕ ਲੈਣਗੇ। ਸੋ ਬਿੰਦ ਰੱਖੀ ਤੋਂ ਅਸੀਂ ਗੀਤ ਗਵਾਤਾ, ਉਹ ਪਹਿਲਾ ਗੀਤ ਹੀ ਉਹਦਾ ਹਿੱਟ ਹੋ ਗਿਆ, ਬਾਣੀਆਂ ਨੇ ਜੱਟ ਢਾ ਲਿਆ, ਬੋਲੀਆਂ ਨੂੰ ਮਾਂ ਗੀਤ ਜੀ, ਰੜਕੇ 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 ਵਾਲਾ। ਅਤੇ ਕੀ ਹੋਇਆ ਕਿ ਮੇਰੀ ਲਿਖਣ ਦੀ ਇੱਦਾਂ ਜਿਹੜਾ ਤੁਸੀਂ ਪੁੱਛਿਆ ਸੀ, ਅਤੇ ਬਿੰਦ ਰੱਖੀ ਦੀ ਗਾਇਕੀ ਦਾ, ਉਹ ਫਿਰ ਗਾਂਹ ਸਾਨੂੰ ਦਰਵਾਜ਼ੇ ਜੇ ਖੜਕਾਉਣੇ ਨਹੀਂ ਪਏ, ਅਤੇ ਉਹ ਚੱਲ ਸੋ ਚੱਲ ਜੀ, ਬਾਕੀ ਸਾਰਾ ਸਾਹਮਣੇ ਹੀ ਇਤਿਹਾਸ ਜੀ। ਕੋਈ ਖਾਸ ਐਸਾ ਮੂਮੈਂਟ ਜਿਹੜਾ ਉਹਨਾਂ ਦੇ ਨਾਲ ਹਮੇਸ਼ਾ ਤੁਸੀਂ ਯਾਦ ਕਰਕੇ ਮਤਲਬ ਕਿ ਹੱਸ ਪੈਂਦੇ ਹੋ ਜਾਂ ਨਿਰਾਸ਼ ਹੁੰਦੇ ਹੋ, ਕੋਈ ਐਸੀ ਯਾਦਗਾਰ? ਉਹ ਤਾਂ ਇੰਨੀਆਂ ਵਾਪਰਦੀਆਂ ਰਹੀਆਂ ਥਾਂ ਥਾਂ ਦੇ ਉੱਤੇ ਘਟਨਾਵਾਂ, ਇੱਧਰ ਵੀ ਗਾਇਕੀ ਦੇ ਵਿੱਚ ਵੀ, ਮਤਲਬ ਫਿਲਮਾਂ ਦੇ ਵਿੱਚ ਵੀ, ਸ਼ੂਟਿੰਗਾਂ ਵਿੱਚ ਵੀ, ਫੋਰਨ ਟੂਰਾਂ ਦੇ ਵਿੱਚ। ਅਤੇ ਉਹਦੇ 'ਚ ਇੱਕ ਸੀ ਕਿ ਆਪਣਾ ਵੈਂਬਲੇ ਅਰੀਨਾ ਦੇ ਵਿੱਚ ਇੰਗਲੈਂਡ 'ਚ ਸ਼ੋਅ ਹੋਣਾ ਸੀਗਾ, ਲੰਮਾ ਟੂਰ ਸੀ, 10-12 ਸਿੰਗਰ ਸੀ, ਛਿੰਦਾ, ਹੰਸਰਾਜ, ਮਨਮੋਹਨ ਵਾਰਸ, ਦੇਵੀ ਮਖਸੂਸਪੁਰੀ, ਸਰਬਜੀਤ ਚੀਮਾ, ਬਿੰਦ ਰੱਖੀਆ, ਮੇਹਰ ਮਿੱਤਲ, ਆਸ਼ਾ ਸ਼ਰਮਾ ਹੋਰ। ਉੱਥੇ ਬਾਕੀ ਸਾਰੇ ਸ਼ਹਿਰਾਂ 'ਚ ਪ੍ਰੋਗਰਾਮ ਦਾ ਨਾਂ ਹੁੰਦਾ ਸੀ ਮੇਲਾ ਐਡਮਿੰਟ, ਵਿਸਾਖੀ
ਕੈਲਗਰੀ ਵਿਸਾਖੀ ਐਡਮਿੰਟਨ ਵਿਸਾਖੀ ਫਰਿਜ਼ ਨੂੰ ਜੀ ਇੰਗਲੈਂਡ ਜਾ ਕੇ ਉਹਦਾ ਪ੍ਰੋਗਰਾਮ ਦਾ ਪ੍ਰਮੋਟਰ ਨਾਂ ਰੱਖਤਾ ਦੁਪੱਟਾ ਸਤਰੰਗ ਦਾ ਕਿਉਂਕਿ ਉਹ ਬਹੁਤ ਜ਼ਿਆਦਾ ਦੂਸਰਾ ਉੱਥੇ ਹਿੱਟ ਹੋ ਚੁੱਕਿਆ ਸੀਗਾ। ਸੋ ਉੱਥੇ ਪ੍ਰੋਗਰਾਮ ਹੁਣ 8 ਵਜੇ ਸ਼ੁਰੂ ਹੁੰਦਾ ਅਤੇ 12 ਵਜੇ ਜਾ ਕੇ ਖਤਮ ਹੁੰਦਾ ਜੀ। ਅਤੇ ਬਿੰਦਰਖੀਆ ਦਾ ਨੂੰ ਵੱਡਾ ਪੱਤਾ ਸਮਝ ਕੇ ਤਾਂ ਵਾਰੀ 11:30 ਆਉਣੀ ਸੀਗੀ ਜੀ, ਅਤੇ ਅਸੀਂ ਆਰਾਮ ਨਾਲ ਪਿੱਛੇ ਬੈਠੇ ਹਾਂ। ਉਹ ਮੂਹਰੇ ਰੌਲਾ ਪੈ ਗਿਆ, ਹੰਗਾਮਾ ਹੋ ਗਿਆ ਵੀ ਬਿੰਦਰਖੀਆ ਤਾਂ ਆਇਆ ਨਹੀਂ, ਸਾਡੇ ਟਿਕਟ ਵਾਪਸ ਕਰੋ। ਅਫਵਾਹ ਫੈਲ ਗਈ, ਦਵਾ ਦਵਾ ਆਸ਼ਾ ਜੀ ਆਏ, ਕਹਿੰਦੇ ਛੇਤੀ ਕਰ। ਹੁਣ ਬਿੰਦਰਖੀਆ ਤਾਂ ਪੱਗ ਵੀ ਨਹੀਂ ਸੀ ਬੰਨੀ ਹੋਈ, ਕਹਿੰਦੇ ਤੇਰੀ ਮਾਵੇ ਵਾਲੀ ਪੱਗ ਆ ਇਹਦੇ ਸਿਰ 'ਤੇ ਰੱਖ ਕੇ ਦਵਾ ਦਵ ਗੇੜਾ ਕਢਾ ਦਿਓ ਮੂਹਰੇ। ਸੋ ਸਾਨੂੰ ਮੂਹਰੇ ਲੋਕਾਂ ਨੂੰ ਦਿਖਾਉਣਾ ਪਿਆ ਵੀ ਭਾਈ ਆਇਆ ਹੋਇਆ ਅਤੇ ਗਾਊਗਾ ਜੀ। ਸੋ ਫਿਰ ਲੋਕ ਟਿਕੇ, ਅਤੇ ਉਹਦੇ 'ਚ ਇੱਕ ਹੋਰ ਜਿਹੜਾ ਦਿਲਚਸਪ ਪਹਿਲੂ ਜੀ, ਮੇਰਾ ਖਿਆਲ ਹੈ ਵੀ ਇੱਦਾਂ ਦੀ ਗੱਲਾਂ ਕਰ ਲੈਣੀਆਂ ਚਾਹੀਦੀਆਂ, ਖੁਸ਼ਕੀ ਘੱਟਦੀ ਹੈ ਸੁਣ ਦੇਖਣ ਵਾਲਿਆਂ ਨੂੰ। ਅਤੇ ਉਹਦੇ 'ਚ ਕੀ ਹੋਇਆ ਕਿ ਉਹ ਜਿਹੜਾ ਅੱਧਾ 1.25 ਘੰਟਾ ਮਿਲਣਾ ਸੀ ਬਿੰਦਰਖੀਏ ਨੂੰ ਵੱਡੇ ਸਿੰਗਰ ਵਜੋਂ ਜੀ, ਉਹ ਜਿਸ ਉਹਦੇ 'ਚ ਐਸਾ ਹੋ ਗਿਆ, ਟਾਈਮ ਲਮਕਦਾ ਗਿਆ, ਜਿਹਨੇ 3 ਗਾਉਣੇ ਸੀ 4 ਗਾਤੇ, 4 ਵਾਲੇ ਨੇ 5 ਗਾਤੇ, 5 ਵਾਲੇ ਨੇ 6 ਗਾਤੇ, ਸਿਰਫ 6 ਮਿੰਟ 5.5-6 ਮਿੰਟ ਸਾਡੇ ਕੋਲ ਰਹਿ ਗਏ। ਅੱਛਾ ਜੀ, ਸਾਡੀ ਐਸੀ ਅੰਡਰਸਟੈਂਡਿੰਗ ਵੇਵ ਲੈਂਦੇ ਸੀ, ਇੱਕ ਦੂਜੇ ਦੇ ਇਸ਼ਾਰੇ 'ਤੇ ਅਸੀਂ ਦੂਸਰਾ ਬਹੁਤ ਰੱਖਦੇ ਸੀ। ਤਾਂ ਉਹਦੇ 'ਚ ਕੀ ਹੋਇਆ ਵੀ ਘਬਰਾਹਟ ਤਾਂ ਹੋਣੀ ਆ, ਜਿਹਦੇ ਨਾਂ 'ਤੇ ਟਿਕਟ ਇੰਨੇ ਵਿਕੇ ਹੋਏ ਆ ਜੀ, ਅਤੇ ਉਹ ਪੂਰਾ ਨਹੀਂ ਹੋਣਾ। ਅਤੇ ਮੈਂ ਪਰਦੇ ਦੇ ਪਿੱਛੇ ਖੜ੍ਹ ਗਿਆ, ਅਤੇ ਸੁਰਜੀਤ ਨੇ ਮੈਨੂੰ ਕਿਹਾ ਵੀ ਜਰਾ ਹੁਣ ਆਪਾਂ ਸੰਭਾਲਣਾ, ਦੱਸੋ ਹੁਣ ਕੀ ਕਰੀਏ। ਉਹ ਵੀ ਪਤਲ ਸੀ ਕਿਉਂਕਿ ਸਾਹਮਣੇ ਲੋਕਾਂ ਦੇ ਸਾਹਮਣੇ ਤਾਂ ਉਹਨੇ ਜਾਣਾ। ਮੈਂ ਪਰਦੇ ਦੇ ਪਿੱਛੇ ਖੜ੍ਹ ਗਿਆ। ਉਹ ਨਸੀਬ ਢੋਲੀ ਅਤੇ ਉਹ ਫਗਵਾੜੇ ਵਾਲਾ ਸਿੰਗਰ ਮਕਬੂਲ ਆ ਨਾ, ਉਹ ਫਿਰ ਸਾਡੀ ਸਾਂਗ ਵੀ ਲਾਉਂਦੇ ਹੁੰਦੇ ਆ ਵੀ ਸੰਧੂ ਉੱਧਰੋਂ ਕੀ ਇਸ਼ਾਰਾ ਕਰਦਾ ਅਤੇ ਬਿੰਦਰਖੀਆ ਉਸ ਇਸ਼ਾਰੇ ਨੂੰ ਚੱਕਦਾ ਕਿਵੇਂ। ਅੱਛਾ, ਹੁਣ ਉਹ ਇੰਨੇ ਕੁ ਮਿੰਟ ਆ ਉਹ ਨੱਚਦਾ ਹੋਇਆ ਮਾਈਕ 'ਤੇ ਗਿਆ, ਮੈਂ ਉੱਧਰ ਖੜ੍ਹਾ। ਅਤੇ ਉਹ ਕੀ ਕੀਤਾ ਵੀ ਮੈਂ ਦਵਾ ਦਵ ਰੁਮਾਲ ਕੱਢਿਆ ਜੇਬ 'ਚੋਂ, ਅਤੇ ਉਹ ਮੈਂ ਰੁਮਾਲ ਐਂ ਹਿਲਾਤਾ, ਅਤੇ ਬਿੰਦਰਖੀਆ ਦੇਖ ਹੀ ਰਿਹਾ ਸੀ ਇਸ਼ਾਰਾ, ਉਹਨੇ ਉੱਥੇ ਚੱਕਤਾ ਨਹੀਂ, ਇੱਧਰੋਂ ਰੁਮਾਲ ਹਿੱਲਿਆ ਤੇਰੀ, ਉੱਧਰੋਂ ਹਿੱਲੀ ਫੁਲਕਾਰੀ, ਉਹਨੇ ਗੀਤ ਗਾਤਾ। ਅਤੇ ਉਹਦੇ ਨਾਲ ਹੀ ਮੈਂ ਹੱਥ ਐਂ ਖੜਾ ਕਰਤਾ ਬਈ ਐਂ ਕਿ ਆਪਣਾ ਪੂਰਾ ਨਹੀਂ ਕਰਨਾ, 1-2 ਅੰਤਰ ਹੀ ਗਾਉਣੇ। ਜਦੋਂ ਪਹਿਲਾਂ 27 ਦੇ ਨਾਲ ਅੰਤਰਾ ਪੂਰਾ ਹੋਇਆ ਅਤੇ ਮੈਂ ਐਂ ਇਸ਼ਾਰਾ ਕਰਤਾ ਬਈ ਨਿਬੇੜ ਦੇ ਜੀ, ਅਤੇ ਉਹਨੇ ਐਂ ਕਰਦਿਆਂ ਕਰਦਿਆਂ ਇੱਧਰੋਂ ਰੁਮਾਲ ਹਿੱਲਿਆ, ਜਦੋਂ ਆਵਾਜ਼ ਘੱਟ ਕੀਤੀ ਅਤੇ ਮੈਂ ਦਵਾ ਦਵ ਹੱਥਾਂ ਤੋਂ ਐਂ ਕਰਤਾ, ਇਹਦਾ ਮਤਲਬ ਸੀ ਵੀ ਦੁਪੱਟੇ 'ਤੇ ਆ ਜਾ, ਕਿਉਂਕਿ ਮਿੰਟ ਹੀ 5.5 ਮਿੰਟ 'ਚ ਉਹ ਪੂਰਾ ਹੋ ਗਿਆ। ਅਤੇ ਉਹ ਲੋਕਾਂ ਦੀ ਤਸੱਲੀ ਹੋ ਗਈ, ਕਿਉਂਕਿ ਉੱਥੇ ਜੇ ਹੋਰ ਕੋਈ ਗਲਤ ਫੈਸਲਾ ਹੋ ਜਾਂਦਾ ਜਾਂ 1 ਗੀਤ ਹੁੰਦਾ ਤਾਂ ਇਸ ਤਰ੍ਹਾਂ ਅਸੀਂ 6 ਮਿੰਟ ਆਏ। ਇਹ ਸਾਡੀ ਸੀਗੀ ਵੇਵ ਲੈਂਥ ਅੰਡਰਸਟੈਂਡਿੰਗ, ਅਸੀਂ ਕਹੀ ਹੋਈ ਗੱਲ ਤਾਂ ਕਹੀ ਅਸੀਂ ਇੱਕ ਦੂਜੇ ਦੀ। ਅਤੁਲ ਸ਼ਰਮਾ ਜੀ ਸੰਗੀਤ ਵਿੱਚ ਇੱਦਾਂ ਹੀ ਜੀ, ਬਿੰਦਰਖ ਗਾਇਕੀ 'ਚ ਅਸੀਂ ਇੱਕ ਦੂਜੇ ਦੀ ਅਣਕਹੀ ਗੱਲ ਨੂੰ ਵੀ ਸਮਝ ਜਾਂਦੇ ਹੁੰਦੇ ਸੀ। ਕੀ ਬਾਤ ਹੈ ਜੀ, ਬਿਲਕੁਲ। ਹੁਣ ਤੁਸੀਂ ਅਤੁਲ ਸ਼ਰਮਾ ਜੀ ਦੀ ਗੱਲ ਕੀਤੀ ਹੈ ਨਾ, ਕਿਉਂਕਿ ਉਹਨਾਂ ਦੀ ਗੱਲ ਕਰੇ ਤੋਂ ਬਗੈਰ ਵੀ ਤੁਹਾਡੀ ਹਾਂਜੀ ਸਾਰੀਆਂ ਗੱਲਾਂ ਨਹੀਂ ਹੁੰਦੀਆਂ ਜੀ ਕੰਪਲੀਟ, ਕਿਉਂਕਿ ਇੱਕ ਟੀਮ ਰਹੀ ਹੈ ਤੁਹਾਡੀ ਉਹਨਾਂ ਦਾ, ਅਤੁਲ ਸ਼ਰਮਾ ਜੀ ਹੋ ਗਏ, ਸੁਰਜੀਤ ਬਿੰਦਰਖੀ ਜੋ ਗਏ ਅਤੇ ਤੁਸੀਂ, ਹੈ ਨਾ, ਤਾਂ ਸਾਡੀ ਸਾਰਿਆਂ ਦੀ ਟੀਮ ਹੁੰਦੀ ਸੀਗੀ। ਉਹਨਾਂ ਨਾਲ ਅਗਰ ਆਪਾਂ ਗੱਲ ਕਰੀਏ ਕਿ ਉਹਨਾਂ ਨਾਲ ਕਿੱਦਾਂ ਪਹਿਚਾਣ ਸਾਰੀ, ਉਦੋਂ ਵੀ ਇੱਥੇ ਪਹਿਲਾਂ ਅਸੀਂ ਵਰਿੰਦਰ ਬਚਨ ਉਹਨਾਂ ਨਾਲ ਵੀ ਕੰਮ ਕੀਤਾ, ਸੁਰਿੰਦਰ ਬਚਨ ਨਾਲ ਵੀ ਕੀਤਾ, ਅਤੇ ਨਗੀਨਾ ਹੁੰਦੇ ਸੀ ਰਾਜਪੁਰ ਦੇ, ਅਸੀਂ ਉਹਨਾਂ ਨਾਲ ਵੀ ਉੱਠਣ ਬੈਠਣ ਸੀ ਜੀ, ਅਹੂਜਾ ਸਾਹਿਬ ਨਾਲ ਵੀ ਮੇਰਾ ਚਰਨਜੀਤ ਅਹੂਜਾ ਜੀ ਨਾਲ ਉੱਠਣ ਬੈਠਣ ਰਿਹਾ। ਇਹਨਾਂ ਦੇ ਸਾਰਿਆਂ ਤੋਂ, ਇਹਨਾਂ ਤੋਂ ਪੁਰਾਣੇ ਜਸਵੰਤ ਭਾਵਰੇ ਨਾਲ ਮੇਰੀ ਪੂਰੀ ਦੋਸਤੀ ਸੀ, ਜਿਹੜਾ ਸੁਰਿੰਦਰ ਸ਼ਿੰਦੇ ਦੇ ਵਾਰਸ ਉਹਨਾਂ ਦਾ ਉਸਤਾਦ, ਅਤੇ ਉਹਦੇ 'ਚ ਮੈਨੂੰ ਲੱਗਿਆ ਕਿ ਵੀ ਅਤੁਲ ਸ਼ਰਮਾ ਨੂੰ ਗੱਲ ਮੇਰੀ ਸਮਝਾਈ ਗੱਲ ਸਮਝ ਜਾਂਦਾ, ਪਿਕਅਪ ਛੇਤੀ ਹੋ ਜਾਂਦੀ ਆ, ਅਤੇ ਉਹ ਫਿਰ ਅੰਡਰਸਟੈਂਡਿੰਗ ਦੇ ਨਾਲ ਜਿਹੜਾ ਸੀਗਾ ਸਾਡਾ ਪਿਆਰ ਪੈ ਗਿਆ। ਫਿਰ ਉਹਦੇ ਵਿੱਚ ਜਿਹੜੇ ਨਤੀਜੇ ਨਿਕਲਣੇ, ਇੱਕ ਹੋਰ ਗੱਲ ਕਿ ਮੈਂ ਹੋਰਾਂ ਟੀਮਾਂ ਦੇ ਵਿੱਚ ਉਦੋਂ ਵੀ ਦੇਖਦਾ ਹੁੰਦਾ ਸੀ, ਹੁਣ ਵੀ, ਜਦੋਂ ਕੋਈ ਕਾਮਯਾਬੀ ਮਿਲਦੀ ਹੈ ਸਿਹਰਾ ਆਪਦੇ ਸਿਰ ਲੈਣ ਲੱਗ ਜਾਂਦੇ ਜੀ, ਅਤੇ ਜਦੋਂ ਫੇਲ ਹੁੰਦੇ ਆ ਤਾਂ ਇੱਕ ਦੂਜੇ ਦੇ ਸਿਰ ਭਾਂਡਾ ਫੋੜਨ ਲੱਗ ਜਾਂਦੇ। ਸਾਡਾ ਇਹ ਕੋਈ ਮਿਥਕੇ ਨਹੀਂ ਸੀ, ਪਰ ਸੁਭਾਅ ਹੀ ਸੀ, ਜੇ ਕੋਈ ਗੀਤ ਚੱਲ ਗਿਆ ਮੁਖੜਾ ਦੇਖ ਕੇ ਮਾਰ ਚੱਲ ਗਿਆ, ਅਤੇ ਮੈਂ ਤਾਂ ਬਿੰਦਰਖੀ ਨੇ ਕਹਿਣਾ ਇਹ ਤਾਂ ਅਸਲ ਵਿੱਚ ਤਾਂ ਅਤੁਲ ਭਾਅ ਜੀ ਨੇ ਜਿਹੜਾ ਮਿਊਜ਼ਿਕ ਹੀ ਹੈਵੀ ਕਰਤਾ, ਹੁਣ ਹੈਵੀ ਮਿਊਜ਼ਿਕ ਦਾ ਰਿਵਾਜ਼ ਸੀ ਗੀਤ ਤਾਂ ਚੱਲ ਗਿਆ, ਅਤੇ ਜੇ ਮੈਂ ਤਾਂ ਅਤੁਲ ਬੈਠੇ ਹਾਂ ਤਾਂ ਅਸੀਂ ਕਹਿਣਾ ਭਾਅ ਜੀ ਸ਼ਬਦ ਕੀ ਕਰ ਲੈਣਗੇ, ਮਿਊਜ਼ਿਕ ਹੀ ਕਰ ਲੂ, ਗੱਲ ਤਾਂ ਵੱਡੀ ਆਵਾਜ਼ ਹੁੰਦੀ। ਬਿੰਦਰਖੀ ਦੀ ਹਿੱਕ ਦਾ ਜ਼ੋਰ ਖਿੱਚ ਕੇ ਲੈ ਗਿਆ ਗੀਤ ਨੂੰ ਜੀ, ਗਲਤ ਆ ਨਹੀਂ ਹੈ। ਬਿੰਦਰਖੀਆ 'ਤੇ ਜੇ ਅਤੁਲ ਬਹਿੰਦੇ ਸੀ ਉਹ ਕਹਿੰਦੇ ਸੀ ਵੀ ਆਪਾਂ ਕੀ ਕਰ ਲੈਂਦੇ ਜੇ ਪਹਿਲਾਂ ਸ਼ਬਦ ਹੀ ਨਾ ਚੱਜਦੇ ਹੁੰਦੇ ਜੀ, ਇਹ ਤਾਂ ਸ਼ਬਦਾਂ ਦੇ ਉੱਤੇ ਉਹਦੇ ਵਿੱਚ ਤਰਜ਼ ਸੁੱਤੀ ਹੋਈ ਸੀਗੀ ਲਿਖੇ ਹੋਏ ਗੀਤ 'ਚ, ਉਹ ਤਰਜ਼ ਜਗਾਤੀ ਆਪਾਂ ਗੀਤ ਚੱਲ ਜੀ। ਅਸੀਂ ਸਾਡੀ ਐਸਾ ਟੀਮ ਸਪਿਰਿਟ ਸੀ, ਟੀਮ ਬਿਲਕੁਲ। ਤੁਹਾਡੀਆਂ ਗੱਲਾਂ ਤੋਂ ਪਤਾ ਲੱਗਦਾ ਜੀ ਕਿ ਇਹ ਹੁੰਦੀ ਹੈ ਬੋਂਡਿੰਗ ਅਸਲੀ, ਹੈ ਨਾ। ਅੱਜ ਕੱਲ੍ਹ ਤਾਂ ਮਤਲਬ ਕਿ 1-2 ਗਾਣਾ ਕਿਸੇ ਦਾ ਚੱਲਦਾ ਤਾਂ ਉਹਨਾਂ ਦੀ ਗੱਲਾਂ ਹੋਰ ਹੋ ਜਾਂਦੀਆਂ ਬਿਲਕੁਲ,
ਤੇ ਹੁਣ ਆਪਾਂ ਅਗਰ ਗੱਲ ਕਰੀਏ ਕਿਉਂਕਿ ਤੁਸੀਂ ਸਾਰਾ ਮੈਨੇਜ ਕਰਦੇ ਹੁੰਦੇ ਸੀਗੇ ਉਦੋਂ ਸੁਰਜੀਤਵਿੰਦ ਰੱਖਿਆ ਜੀ ਨੂੰ ਖਾਸ ਕਰਕੇ ਹੈ ਨਾ ਉਹਨਾਂ ਦੇ ਨਾਲ ਸਾਡਾ ਸਭ ਤੋਂ ਵੱਧ ਸੀਗਾ ਅਤੇ ਅੱਜ ਕੱਲ੍ਹ ਤਾਂ ਲੋਕਾਂ ਦੇ ਰੇਟ ਬਹੁਤ ਜ਼ਿਆਦਾ ਹੁੰਦੇ ਹੈ ਨਾ ਕਿ ਇੱਕ ਗਾਣਾ ਚੱਲਦਾ ਤਾਂ ਬਹੁਤ ਜ਼ਿਆਦਾ ਰੇਟ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਹੈ ਨਾ ਉਸ ਟਾਈਮ ਦੇ ਸ਼ੋਅਜ਼ ਦੇ ਰੇਟ ਦੀ ਅਤੇ ਉਹ ਕਿੰਨਾ ਕੁ ਹੁੰਦਾ ਹੁੰਦਾ ਸੀਗਾ ਉਹੀ ਪਹਿਲਾਂ ਦੇਖ ਲਓ ਵੀ 500,000 2,000 ਤੋਂ ਵੱਧਦਾ 10,000 15,000 20,000 ਅਤੇ ਮੈਕਸੀਮਮ ਜਿਹੜਾ ਉਹਨਾਂ ਦਾ ਸੀਗਾ 1.5 ਲੱਖ 'ਤੇ ਚਲਿਆ ਗਿਆ ਸੀ ਅੱਛਾ ਇੱਕ ਸ਼ੋਅ ਮਗਰ ਉਹ 1.5 ਲੱਖ ਵਾਲੇ ਜਿਹੜੇ ਸੀ ਉਹ ਦਿੱਲੀ ਵਗੈਰਾ ਦੇ ਹੁੰਦੇ ਸੀ ਦਿੱਲੀ ਜਾਂ ਬੰਬੇ ਦੇ ਜੀ ਪੰਜਾਬ ਦੇ ਵਿੱਚ ਆਮ ਤੌਰ 'ਤੇ ਮੇਰਾ ਖਿਆਲ 1.25 ਲੱਖ ਦੇ ਆਲੇ ਦੁਆਲੇ ਗੱਲ ਘੁੰਮਦੀ ਸੀ ਉਦੋਂ ਇੰਨੇ ਕੀ ਰੇਟ ਸੀ ਜੀ ਚਲੋ ਇਹ ਤਾਂ ਉਹਨਾਂ ਦੇ ਹੋ ਗਏ ਹੁਣ ਹੈ ਨਾ ਅੱਜ ਕੱਲ੍ਹ ਰਾਈਟਰਸ ਦੇ ਵਿੱਚ ਵੀ ਹੋ ਗਿਆ ਰੇਟ ਦਾ ਕੰਮ ਤਾਂ ਬਹੁਤ ਜ਼ਿਆਦਾ ਕਿ ਇੱਕ ਗਾਣਾ ਚੱਲਦਾ ਰੇਟ ਅਤੇ ਉਹਦੀ ਬਹੁਤ ਡਿਮਾਂਡ ਆਉਂਦੀ ਹੈ ਅਤੇ ਤੁਹਾਡੇ ਤਾਂ ਅਨੇਕਾਂ ਹੀ ਗਾਣੇ ਹਿੱਟ ਹੈ ਜੇ ਆਪਾਂ ਗੱਲ ਕਰੀਏ ਮੈਂ ਕਹਿੰਦਾ ਪੂਰੀ ਇੰਟਰਵਿਊ ਲੰਘ ਜੇ ਮੈਂ ਗਾਣਿਆਂ ਦੇ ਨਾਮ ਹੀ ਗਾਉਂਦਾ ਰਿਹਾ ਜੂ ਗਾਣਿਆਂ ਦੇ ਨਾਮ ਇੰਨੇ ਕੁ ਜ਼ਿਆਦਾ ਗਾਣੇ ਹੈਗੇ ਆ ਅਤੇ ਉਹ ਗਾਣਿਆਂ ਦੇ ਅਗਰ ਆਪਾਂ ਗੱਲ ਕਰੀਏ ਕਿ ਤੁਹਾਡਾ ਅਗਰ ਆਪਾਂ ਰੇਟ ਦੀ ਗੱਲ ਕਰੀਏ ਤੁਸੀਂ ਮੰਗਦੇ ਹੁੰਦੇ ਸੀਗੇ ਉਦੋਂ ਪੈਸਿਆਂ ਦਾ ਜਾਂ ਮਤਲਬ ਕਿ ਇੱਦਾਂ ਜੀ ਇੱਕ ਤਾਂ ਗਿਣਤੀ ਪੱਖੋਂ ਇਹ ਹੋਇਆ ਕਿ ਮੇਰੇ 154 ਗੀਤ ਇਕੱਲੇ ਬਿੰਦ ਰੱਖੀ ਨੇ ਗਾਏ ਜੀ ਟੋਟਲ 500 ਗੀਤ ਆ ਮੈਂ ਇੱਕ ਲਿਸਟ ਬਣਾਈ ਸੀ ਗਾਇਕਾਂ ਅਤੇ ਗਾਇਕਾਵਾਂ ਦੀ ਟੋਟਲ ਗਿਣਤੀ 72 ਆ ਮਤਲਬ ਉਹਦੇ ਤੋਂ ਲੈ ਕੇ ਆਪਣਾ ਛਿੰਦੇ ਹੋਣਾ ਤੋਂ ਮਾਣਕ ਹੋਣਾ ਤੋਂ ਲੈ ਕੇ ਜੇ ਇਹਦੇ ਤੱਕ ਕਰ ਲਈਏ ਗੱਲ ਯੁੱਧਵੀਰ ਤੱਕ ਜੀ ਅਤੇ ਜਿਹੜੇ ਰੇਟ ਰੂਟ ਸਾਡੇ ਵੇਲੇ ਤਾਂ ਇਹ ਕੋਈ ਨਿਯਮ ਹੀ ਨਹੀਂ ਸੀਗਾ ਬਹੁਤ ਸਾਰੇ ਸਿੰਗਰਾਂ ਨੂੰ ਦੂਸਰਾ ਇਹ ਪਤਾ ਵੀ ਮੈਂ ਤਾਂ ਉਹਨਾਂ ਤੋਂ 5 ਰੁਪਏ ਵੀ ਨਹੀਂ ਲਏ ਜੇ ਉਹਨਾਂ ਨੇ ਦੂਸਰਾ ਕਿਹਾ ਵੀ ਅਸੀਂ ਦੇ ਨਹੀਂ ਸਕਦੇ ਮੈਂ ਕਿ ਤਾਂ ਕਿਹੜੀ ਗੱਲ ਉਹਦੀ ਇੱਕ ਵਜ੍ਹਾ ਇਹ ਵੀ ਮੇਰੇ ਨਾਲ ਨਾਲ ਨੌਕਰੀ ਚੱਲਦੀ ਸੀਗੀ ਹਾਂਜੀ ਰੋਟੀ ਚੱਲੀ ਜਾਂਦੀ ਸੀਗੀ ਦੂਜਾ ਫਿਰ ਵੀ ਮੇਰੇ ਤਾਂ ਸ਼ੌਕ ਭਾਰੂ ਰਿਹਾ ਮੇਰੇ 'ਤੇ ਪ੍ਰੋਫੈਸ਼ਨ ਭਾਰੂ ਨਹੀਂ ਹੋਇਆ ਫਿਰ ਜਿਹੜੇ ਦੇ ਸਕਦੇ ਸੀਗੇ ਉਹ ਦੇ ਵੀ ਦਿੰਦੇ ਸੀਗੇ ਇੱਕ ਵਾਰ ਮੈਨੂੰ ਯਾਦ ਆ ਇਹਨਾਂ ਨੇ ਰਿਫਾਈਨ ਟੋਨ ਵਾਲੇ ਨੇ ਕਿਹਾ ਜੀ ਵੀ ਤੁਸੀਂ ਤਾਂ ਨਹੀਂ ਮੰਗਦੇ ਅਸੀਂ ਸਮਝਦੇ ਤੁਹਾਡਾ ਵੀ ਹੱਕ ਬਣਦਾ ਤਬਲਾ ਵਜਾਉਣ ਵਾਲਾ ਵੀ ਲੈਂਦਾ ਢੋਲਕ ਵਜਾਉਣ ਵਾਲਾ ਵੀ ਲੈਂਦਾ ਬਾਜਾ ਵਜਾਉਣ ਵਾਲਾ ਵੀ ਲੈਂਦਾ ਸਟੂਡੀਓ ਵਾਲੇ ਵੀ ਤਾਂ ਲੈਂਦੇ ਆ ਜੀ ਉਹਨਾਂ ਨੇ ਮੈਨੂੰ 3-4 ਗੀਤਾਂ ਦਾ 2200 ਰੁਪਈਆ ਦਿੱਤਾ ਸੀਗਾ ਮੈਨੂੰ ਲੱਗੇ ਵੀ ਆਹ ਤਾਂ ਬੜੀ ਵਧੀਆ ਸੌਖੀ ਗੱਲ ਆ ਇਸੇ ਤਰ੍ਹਾਂ ਸੁਰਿੰਦਰ ਬਚਨ ਨੇ ਅਤੇ ਗੌਰਵ ਨੇ ਕੈਟਰਿੰਗ ਵਾਲੇ ਨੇ ਉਹਦੇ 'ਚ ਅਤਰੋ ਚਤਰੋ ਵਾਲੇ ਪ੍ਰੋਜੈਕਟ 'ਚ 2 ਗੀਤ ਗਾਏ ਅਤੇ 1100 ਦਿੱਤਾ ਅੱਛਾ ਜੀ ਫਿਰ ਆਹ ਵਿੱਚ ਵਿੱਚ ਕਿਤੇ ਇੱਦਾਂ ਹੁੰਦਾ ਗਿਆ ਸੁਰਜੀਤ ਖਾਨ ਨੇ ਵੀ ਪਿੱਛੇ ਜੇ ਮੈਨੂੰ ਜਿਵੇਂ ਇੱਕ ਗੀਤ ਦਾ 10 ਕਹਿ ਲਓ 12-15 ਹਜ਼ਾਰ ਅਤੇ ਉਹ ਮੈਂ ਅੱਗੇ ਵੀ ਇੱਕ ਥਾਂ 'ਤੇ ਗਿਆ ਸੀ ਜਿਹੜੀ ਜਦੋਂ ਮੈਂ ਧਿਆਨ ਮਾਰਦਾ ਵੀ ਸਭ ਤੋਂ ਜ਼ਿਆਦਾ ਜੇ ਇੱਕ ਗੀਤ ਦੀ ਪੇਮੈਂਟ ਆ ਤਾਂ ਹੰਸਰਾਜ ਨੇ ਮੈਨੂੰ ਦਿੱਤੇ ਸੀਗੇ 20,000 ਇੱਕ ਗੀਤ ਦਾ ਅੱਛਾ ਜੀ ਅਤੇ ਉਹਨਾਂ ਵੇਲੇ 'ਚ ਅਸੀਂ ਸਮਝਦੇ ਸੀ ਬਹੁਤ ਵੱਡੀ ਰਕਮ ਅਤੇ ਸੁਣਨ 'ਚ ਆਉਂਦਾ ਉਹ ਆਈ ਆ ਹੁਣ ਗੱਲ ਉਹ ਸਮੇਂ ਸਮੇਂ ਦੀ ਗੱਲ ਆ ਮੇਹਰ ਮਿੱਤਲ ਜੀ ਕਹਿੰਦੇ ਵੀ ਆ ਭੱਲੇ ਹੋਣੀ ਘੁੱਗੀ ਹੋਣੀ ਭਗਵੰਤ ਹੋਣੀ ਮੈਨੂੰ ਢਿੱਲੋਂ ਹੋਣੀ 1,00,000 ਰੁਪਏ ਲੈਂਦੇ ਆ ਉਹ ਕਹਿੰਦੇ ਯਾਰ ਮੈਂ ਤਾਂ ਵੱਧ ਤੋਂ ਵੱਧ 31,000 'ਚ ਫਿਲਮ ਕੀਤੀ ਆ ਸਮਿਆਂ ਦਾ ਫਰਕ ਵੀ ਪੈਣਾ ਸੀ ਜੀ ਅਤੇ ਬਿਲਕੁਲ ਪਰ ਸਾਡੇ 'ਤੇ ਕਦੇ ਵੀ ਇਹ ਗੱਲ ਨਹੀਂ ਭਾਰੂ ਹੋਈ ਅੱਜ ਕੱਲ੍ਹ ਵੈਸੇ ਸੁਣ ਕੇ ਤੁਸੀਂ ਹੈਰਾਨ ਨਹੀਂ ਹੁੰਦੇ ਕਿ ਜਿਵੇਂ ਅੱਜ ਕੱਲ੍ਹ ਦੇ ਰੇਟ ਸੁਣ ਕੇ ਕਿ ਇੰਨਾ ਇੰਡਸਟਰੀ ਦੇ ਵਿੱਚ ਵਾਕਈ ਆ ਚੁੱਕਿਆ ਬੂਮ ਅਕਸਰ ਹੋ ਸਕਦਾ ਵੀ ਇੱਦਾਂ ਦਾ ਹੋ ਗਿਆ ਹੋਵੇ ਹੁਣ ਜਿਵੇਂ ਕਹਿੰਦੇ ਆ ਯੂਟਿਊਬ 'ਤੇ ਵੀ ਬੜੇ ਮਿਲਦੇ ਸਾਨੂੰ ਤਾਂ ਪਤਾ ਨਹੀਂ ਵੀ ਕਿੱਦਾਂ ਮਿਲਦੇ ਆ ਜੀ ਕਹਿੰਦੇ ਨੈੱਟ 'ਤੇ ਵੀ ਮਿਲਦੇ ਆ ਜਾਂ ਹੋਰ ਇੱਦਾਂ ਦਾ ਇਹਨਾਂ ਚੀਜ਼ਾਂ ਦੇ ਉੱਤੇ ਅਤੇ ਇਹ ਸਾਡੇ ਲਈ ਹੈਰਾਨੀ ਵਾਲੀ ਗੱਲ ਆ ਪਰ ਹੋ ਸਕਦਾ ਸਮੇਂ ਦੇ ਬਦਲਣ ਦੇ ਨਾਲ ਇੱਦਾਂ ਦਾ ਕੁਛ ਹੋ ਗਿਆ ਹੋ ਜੀ ਅਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੇ ਅੱਜ ਕੱਲ੍ਹ ਆਪਾਂ ਅਕਸਰ ਦੇਖਦੇ ਹਾਂ ਕਿ ਪੁਰਾਣੇ ਗਾਣੇ ਦੇ ਰੀਮਿਕਸ ਹੁੰਦੇ ਹੈ ਨਾ ਉਹ ਫਿਲਮਾਂ ਦੇ ਵਿੱਚ ਜਾਂਦੇ ਆ ਉਹ ਅਕਸਰ ਦੇਖਣ ਨੂੰ ਬੋਲੀਵੁੱਡ ਫਿਲਮ ਦੇ ਵਿੱਚ ਜ਼ਿਆਦਾ ਪੰਜਾਬੀ ਗਾਣਿਆਂ ਦਾ ਬਹੁਤ ਟ੍ਰੈਂਡ ਹੈ ਕਿ ਇੱਕ ਅੱਧਾ ਪੰਜਾਬੀ ਗਾਣੇ ਤੋਂ ਬਗੈਰ ਕੋਈ ਬੋਲੀਵੁੱਡ ਫਿਲਮ ਨਹੀਂ ਸਕਸੈਸਫੁਲ ਹੋ ਪਾਉਂਦੀ ਉਹਨਾਂ ਦਾ ਮੰਨਣਾ ਹੈ ਇਹ ਗੱਲ ਹੈ ਨਾ ਕਿ ਜਦੋਂ ਤੱਕ ਆਪਾਂ ਅਤੇ ਹੁਣ ਤੁਹਾਡੇ ਗਾਣੇ ਵੀ ਬਹੁਤ ਜ਼ਿਆਦਾ ਬੋਲੀਵੁੱਡ ਦੇ ਵਿੱਚ ਆਉਣ ਲੱਗੇ ਅਤੇ ਅੱਜ ਕੱਲ੍ਹ ਤਾਂ ਜਿਵੇਂ ਅੱਜ ਕੱਲ੍ਹ ਬਹੁਤ ਜ਼ਿਆਦਾ ਦੌਰ ਹੈ ਕਿ ਕਦੇ ਕਿਸੇ ਸਿੰਗਰ ਦੀ ਆਵਾਜ਼ 'ਚ ਗਵਾਤਾ ਕਿਤੇ ਕਿਸੇ ਦੀ ਗਵਾਤਾ ਇਹਨੇ ਅਤੇ ਤੁਹਾਡੇ ਵੀ ਹੁਣ ਕਾਫੀ ਗਾਣੇ ਮੈਂ ਸੁਣੇ ਆ ਬੋਲੀਵੁੱਡ ਹੁਣ ਹਾਲ ਹੀ ਵਿੱਚ ਅਜੇ ਦੇਵਗਨ ਦੀ ਮੂਵੀ ਸੀਗੀ ਹਾਂ ਫਿਲਮਾਂ 'ਚ ਵੀ ਅਤੇ ਉੱਦਾਂ ਵੀ ਪਹਿਲਾਂ ਇੱਕ ਵਾਰ ਗੋਵਿੰਦੇ ਦੀ ਰੀਮਿਕਸ ਕਰਕੇ ਕਰੇ ਹੈ ਨਾ ਗੋਵਿੰਦੇ ਦੀ ਫਿਲਮ 'ਚ ਇੱਕ ਸੀਗਾ ਦੁਪੱਟਾ 7 ਰੰਗ ਦਾ ਉਹਨਾਂ ਨੇ ਦੁਪੱਟਾ 9 ਰੰਗ ਦਾ ਬਣਾ ਲਿਆ ਸੀਗਾ ਅੱਛਾ ਤਰਜ਼ ਵੀ ਇੱਥੇ ਕੀ ਰੱਖ ਲਈ ਸੀਗੀ ਹੁਣ ਅਜੇ ਦੇਵਗਨ ਉਹਨਾਂ ਦੀ ਫਿਲਮ 'ਚ ਜਿਹੜਾ ਉਹ ਜੀ ਮੁਖੜਾ ਦੇਖ ਕੇ ਮਰ ਗਿਆ ਨਹੀਂ ਤਰਜ਼ ਵੀ ਉਹੀ ਹੈ ਅਤੇ ਹੁੱਕ ਗੀਤ 'ਚ ਤਾਂ ਹੁੱਕ ਲਾਈਨ ਹੀ ਹੁੰਦੀ ਹੈ ਬਿਲਕੁਲ ਅਤੇ ਆਪਾਂ ਇਕੱਲਾ ਛੱਲਾ ਕਹਿ ਦਿੰਦੇ ਹਾਂ ਤਾਂ ਸਮਝ ਆ ਜਾਂਦਾ ਗੀਤ ਜਿਹੜਾ ਹੈ ਨਾ ਉਹ ਹੁੱਕ ਲਾਈਨ ਅਤੇ ਤਰਜ਼ ਵੀ ਉਹੀ ਆ ਅਤੇ ਇਸੇ ਤਰ੍ਹਾਂ ਗੈਰ ਫਿਲਮੀ ਗੀਤਾਂ 'ਚ ਵੀ ਜੀ ਕਾਫੀ ਥਾਂ ਹੀ ਹੋਇਆ ਅਤੇ ਉਹ ਜਿਹੜਾ ਗੁਪਤ ਖਨੀਕੀ ਸੀ ਰਾ ਮੈਨੂੰ ਨਾਮ ਨਹੀਂ ਪਤਾ ਜੀ ਇੱਕ ਹੋਰ ਜਿਹੜਾ ਹੈਗਾ ਮੈਂ ਅਸੀਂ ਤਾਂ ਇਹਨਾਂ ਨੂੰ ਲਾਈਟ ਮੂਡ 'ਚ ਲੈਂਦੇ ਹਾਂ ਕੋਈ ਇਸ ਦਾ ਕੋਈ ਇੱਦਾਂ ਜਮਾ ਹੀ ਨਹੀਂ ਕੋਈ ਦੂਸਰਾ ਕੋਈ ਨਹੀਂ ਜੇ
ਬਲਦੇ ਦੀਵੇ ਤੋਂ ਹੋਰ 50 ਦੀਵੇ ਬਲ ਪੈਣਾ ਤਾਂ ਕੀ ਉਹਦੇ 'ਚ ਹਰਜ ਵਾਲੀ ਕੋਈ ਗੱਲ ਨਹੀਂ ਮੌਜਾਂ ਕਰਨ ਉਹ ਅਤੇ ਉਹਦੇ 'ਚ ਕੀ ਹੈ ਕਿ ਉੱਦਾਂ ਹਰ ਦੂਜੇ ਤੀਜੇ ਮਹੀਨੇ ਬਾਅਦ ਦੇਖਦੇ ਹਾਂ ਉਹ ਕਹਿਣਗੇ ਜੀ ਟ੍ਰਾਈਬ ਬੀਟ ਟੂ ਬਿੰਦ ਰੱਖੀ ਆ ਇੰਨੀਆਂ ਥੋੜ੍ਹਾ ਸ਼ਰਧਾਂਜਲੀਆਂ ਹੁੰਦੀਆਂ ਹੁੰਦੀਆਂ ਸ਼ਰਧਾਂਜਲੀ ਤਾਂ ਇੱਕ ਵਾਰ ਜਿਹੜੀ ਹੋ ਗਈ ਹੋਣੀ ਸੀਗੀ ਜੀ ਅਤੇ ਉਹ ਇੱਕ ਓਹਲਾ ਜਿਹਾ ਐਵੇਂ ਵੀ ਬਿੰਦ ਰੱਖੀ ਨੂੰ ਸ਼ਰਧਾਂਜਲੀ ਦੇ ਰਹੇ ਅਤੇ ਉਹਦੇ 'ਚੋਂ ਆਪਣੇ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਦੇ ਸਿੰਗਰ ਵੀ ਕਰੀ ਜਾਂਦੇ ਆ ਜੀ ਇੱਧਰ ਵੀ ਦਿੱਲੀ ਬੰਬੇ ਵਾਲੇ ਵੀ ਕਰੀ ਜਾਂਦੇ ਆ ਅਤੇ ਜੇ ਆਪਾਂ ਉਹਨਾਂ ਦੀ ਗੱਲ ਕਰੀਏ ਉਸ ਚੀਜ਼ ਬਾਰੇ ਕਿ ਉਹਦਾ ਇੱਕ ਰਾਈਟਰ ਨੂੰ ਫਾਇਦਾ ਹੁੰਦਾ ਉਸ ਚੀਜ਼ ਦਾ ਹੀ ਰਾਈਟਰ ਨੂੰ ਉਹੀ ਆ ਕੋਈ ਕਹਿੰਦੇ ਹੁੰਦੇ ਵੀ ਉਹ ਕਹਿੰਦਾ ਅਸੀਂ ਤਾਂਗੇ ਵਾਲੇ ਨੂੰ ਪੁੱਛਿਆ ਵੀ ਤੂੰ ਕਿੰਨੇ ਕੁ ਕਮਾ ਲੈਂਦਾ ਉਹ ਕਹਿੰਦਾ ਜੀ ਇੰਨੇ ਕੁ ਕਮਾ ਲੈਂਦਾ ਅਤੇ ਉਹ ਕਹਿੰਦਾ ਫਿਰ ਕਹਾਂ ਇਹਦੇ 'ਚੋਂ ਕਹਿੰਦਾ ਇੰਨਾ ਕੁ ਮੇਰੇ ਘੋੜੇ ਦੇ ਪੱਠੇ ਹੁੰਦੇ ਆ ਅਤੇ ਇੰਨਾ ਕੁ ਫਿਰ ਜਿੱਥੇ ਮੈਂ ਘੋੜਾ ਅਤੇ ਤਾਂਗਾ ਖੜਾਉਣਾ ਉਹਦਾ ਕਿਰਾਇਆ ਅਤੇ ਉਹ ਕਹਿੰਦੇ ਫਿਰ ਤੈਨੂੰ ਕੀ ਮਿਲਦਾ ਕਹਿੰਦਾ ਮੈਨੂੰ ਜਿਹੜੇ ਮੁਫਤ ਦੇ ਝੂਟੇ ਮਿਲਦੇ ਜਿਹੜੇ ਉਹਦੇ 'ਚ ਆਏ ਜਿਹੜੇ ਸੱਜਣ ਮਿੱਤਰ ਤੁਹਾਡੇ ਵਰਗੇ ਇਹ ਕਹਿ ਦਿੰਦੇ ਆ ਵੀ ਵਧਾਈਆਂ ਜੀ ਉਹ ਅਜੇ ਦੇਵਗਨ ਦੀ ਫਿਲਮ 'ਚ ਮੀਕੇ ਨੇ ਗੀਤ ਗਾਇਆ ਤੁਹਾਡਾ ਜੀ ਅਤੇ ਅਸੀਂ ਉਸ ਗੱਲ 'ਤੇ ਖੁਸ਼ ਹੋ ਜਾਂਦੇ ਹਾਂ ਹੁਣ ਮੈਂ ਤਾਂ ਇਸ ਗੱਲ 'ਤੇ ਕਿੰਨਾ ਖੁਸ਼ ਹਾਂ ਖੁਸ਼ ਕੀ ਮੈਂ ਤਾਂ ਧੰਨਵਾਦੀ ਹੋ ਜਾਂਦਾ ਮੈਨੂੰ ਲੱਗਦਾ ਹੁੰਦਾ ਵੀ ਮੈਂ ਤਾਂ ਭਾਵੇਂ ਨਾ ਲਿਖਾਂ ਮੇਰੀ ਹਾਜ਼ਰੀ ਲੱਗੇ ਦੇਖੋ ਦਲਜੀਤ ਦੋਸਾਂਝ ਦੀ ਸਟੇਜ ਪ੍ਰੋਗਰਾਮ 'ਚ 3-4 ਗੀਤ ਲੱਗਦੇ ਹਾਂਜੀ ਜੱਟ ਦੀ ਪਸੰਦ ਦੁਪੱਟਾ ਜੀ ਯਾਰ ਬੋਲਦਾ ਜੀ ਕਈ ਪ੍ਰੋਗਰਾਮਾਂ 'ਚ ਉਹਨੇ ਉਹ ਵੀ ਗਾਇਆ ਬੋਲਣਾ ਹਿਲਦੇ ਬਿੱਲੋ ਦੇ ਬਿੱਲੀਆਂ ਅੱਖੀਆਂ ਬੋਲਦੀਆਂ ਅੱਛਾ ਅਮਰਤ ਮਾਨ ਸਟੇਜਾਂ 3-4 ਗਾਉਂਦਾ ਕੁਲਵਿੰਦਰ ਬਿੱਲਾ ਗਾਉਂਦਾ ਕੋਈ ਪੰਜਾਬੀ ਆਰਟਿਸਟ ਐਸਾ ਹੈ ਸੁਨੰਦਾ ਸ਼ਰਮਾ ਗਾਉਂਦੀ ਆ ਚੀਰੇ ਵਾਲਿਆ ਗੱਭਰੂਆ ਹਾਂਜੀ 7-8 ਜਿੰਨੇ ਆਹ ਜੱਸੜ ਜਵੰਦੇ ਹੋਣੀ ਹਾਂਜੀ ਉਹ ਵੀ ਅਤੇ ਮੈਂ ਤਾਂ ਸਕਿਆ ਇਹਨਾਂ ਦਾ ਦਲਜੀਤ ਨੂੰ ਇੱਕ ਵਾਰ ਫੋਨ ਕਰਕੇ ਮੈਂ ਕਿਹਾ ਵੀ ਧੰਨਵਾਦ ਸ਼ੁਕਰੀਆ ਭਾਈ ਤੁਹਾਡਾ ਲੋਕ ਤੁਹਾਨੂੰ ਸੁਣਦੇ ਆ ਤੁਸੀਂ ਸਾਡੇ ਗੀਤਾਂ ਬਿਨਾਂ ਤੁਹਾਡਾ ਸਰ ਵੀ ਸਕਦਾ ਜੀ ਤੁਹਾਡਾ ਆਪਦਾ ਬਥੇਰਾ ਹੈਗਾ ਪਟਾਰੀ ਆ ਜੀ ਅਤੇ ਉਹ ਮਤਲਬ ਮੈਨੂੰ ਤਾਂ ਚੰਗਾ ਲੱਗਦਾ ਕੋਈ ਉਹਦੇ 'ਚ ਕੋਈ ਅਸੀਂ ਹਰਜ ਵਾਲੀ ਗੱਲ ਉਹ ਪਾਕਿਸਤਾਨ ਦੇ ਉਹ ਤੋਂ ਆਕਰਮ ਰਾਹੀ ਨੇ ਗਾਤਾ ਸੀਗਾ ਪੇਕੇ ਹੁੰਦੇ ਮਾਵਾਂ ਨਾਲ ਅਤੇ ਕਈਆਂ ਨੂੰ ਭੁਲੇਖਾ ਲੱਗਿਆ ਵਿਖਣੀ ਉਹਦਾ ਕੋਈ ਸੰਨਾ ਤੋਂ ਬਦਲਾ ਫਿਰ ਇਸੇ ਤਰ੍ਹਾਂ ਯਾਰ ਬੋਲਦਾ ਦਾ ਉੱਧਰ ਕੁੜੀ ਨੇ ਜਵਾਬ ਦਿੱਤਾ ਹਾਂ ਮੈਂ ਨਹੀਂ ਮੇਰੇ 'ਚ ਹਾਂ ਮੇਰਾ ਜੇ ਮੇਰਾ ਯਾਰ ਬੋਲਦਾ ਆਰਫ ਲਾਹੌਰ ਨੇ ਮੈਨੂੰ ਦੱਸਿਆ ਕਹਿੰਦਾ ਵੀ ਉਹ ਗਾਇਆ ਤਾਂ ਹੈ ਪਰ ਉਹ ਬਿੰਦਰਖੀ ਵਾਲੀ ਗੱਲ ਨਹੀਂ ਬਣੀ ਕੋਈ ਡਿਸਅਪੁਆਇੰਟ ਹੋਏ ਹੋ ਕਿਸੇ ਗਾਣੇ ਤੋਂ ਜਿਹੜਾ ਤੁਹਾਡਾ ਗਾਣਾ ਦੁਬਾਰਾ ਰਿਲੀਜ਼ ਹੋ ਕੇ ਆਇਆ ਹੋਵੇ ਅਤੇ ਉਹਨੂੰ ਸੁਣ ਕੇ ਵਧੀਆ ਲੱਗਿਆ ਹੋਵੇ ਕਿ ਨਹੀਂ ਉਹ ਚੀਜ਼ ਨਹੀਂ ਹੈਗੀ ਜਿਹੜੀ ਚੀਜ਼ ਚਾਹੁੰਦੇ ਸੀਗੇ ਸ਼ਾਇਦ ਮੇਰੇ ਨਾਲ ਸਲਾਹ ਕਰਕੇ ਕਰਦੇ ਤਾਂ ਕੁਛ ਹੋ ਜਾਂਦਾ ਉਹਦੇ 'ਚ ਮੈਂ ਤਾਂ ਨਹੀਂ ਡਿਸਅਪੁਆਇੰਟ ਲੋਕ ਹੀ ਕਹਿ ਦਿੰਦੇ ਆ ਹੁਣ ਜਿਵੇਂ ਉਹ ਕਹਿੰਦੇ ਵੀ ਉਹ ਗੱਲ ਨਹੀਂ ਜਿਹੜੀ ਜਿਹੜਾ ਸਵਾਦ ਆਇਆ ਸੀਗਾ ਬਿੰਦਰਖੀ ਤੋਂ ਮੁਖੜਾ ਦੇਖ ਕੇ ਮਰ ਗਿਆ ਜੀ ਅਤੇ ਜਾਂ ਜਿਵੇਂ ਇਹ ਵੀ ਨਜ਼ਾਰ ਬੋਲਦਾ ਜਾਂ ਹੁਣ ਉਹ ਬੰਟੀ ਬੈਂਸ ਆਪਣਾ ਮਿੱਤਰ ਹੀ ਆ ਜੱਟ ਦੀ ਪਸੰਦ ਨੂੰ ਪਸੰਦ ਜੱਟ ਦੀ ਕਰ ਲਿਆ ਦੁਪੱਟਾ ਸਤਰੰਗ ਦਾ ਨੂੰ ਸਤਰੰਗ ਦਾ ਦੁਪੱਟਾ ਕਰ ਲਿਆ ਜੀ ਅਤੇ ਚਲੋ ਕੋਈ ਨਹੀਂ ਤਾਂ ਕਿ ਜੇ ਚੰਗਾ ਲੱਗਦਾ ਜੇ ਇੱਦਾਂ ਉਹਨੂੰ ਪੁੱਠਾ ਕਰਕੇ ਹਿਲਾ ਕੇ ਕਰਨ ਲੱਗਦਾ ਅਤੇ ਜੇ ਇਹਨੇ ਨਾਲ ਗੱਲ ਵੱਢ ਸਕਦੀ ਹੈ ਤਾਂ ਕੋਈ ਹਰਜ ਨਹੀਂ ਜੀ ਸਦਕੇ ਮੈਨੂੰ ਕਿਸੇ 'ਤੇ ਕੋਈ ਗਿਲਾ ਸ਼ਿਕਵਾ ਨਹੀਂ ਇਤਰਾਜ਼ ਨਹੀਂ ਚਾਹੇ ਉਹ ਨਛੱਤਰ ਗਿੱਲ ਕੈਂਡੋਵਾਲ ਜੀ ਅਤੇ ਚਾਹੇ ਹੋਰ ਕਲਾਕਾਰ ਆ ਭਾਈਚਾਰਾ ਜੀ ਆਪਣਾ ਇਹਦੇ 'ਚ ਐਵੇਂ ਤੰਗ ਦਿਲੀਆਂ ਵਾਲੀ ਗੱਲ ਨਹੀਂ ਕਰਨੀ ਜੀ ਕਿਆ ਬਾਤ ਹੈ ਜੀ ਤੁਹਾਡੀ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਕਿ ਮਤਲਬ ਕਿ ਇਹਨੂੰ ਕਹਿੰਦੇ ਅਸਲੀ ਜੱਟ ਜਿਹੜਾ ਕਿ ਦਰਿਆ ਦਿਲ ਜੱਟ ਬਹੁਤ ਵਧੀਆ ਲੱਗਿਆ ਜੀ ਤੁਹਾਡੀਆਂ ਗੱਲਾਂ ਸੁਣ ਕੇ ਸੋ ਦੋਸਤੋ ਇਸੇ ਤਰ੍ਹਾਂ ਗੱਲਾਂ ਦਾ ਸਿਲਸਿਲਾ ਜੋ ਹੈ ਸ਼ਮਸ਼ੇਰ ਸੰਧੂ ਜੀ ਨਾਲ ਜਾਰੀ ਰਹੂਗਾ ਜੀ ਅਗਲੇ ਪਾਰਟ ਦੇ ਵਿੱਚ ਮਿਲਾਂਗੇ ਪਾਰਟ 2 ਦੇ ਵਿੱਚ ਸੋ ਤਦ ਤੱਕ ਬਣੇ ਰਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਸ਼ਮਸ਼ੇਰ ਸੰਧੂ ਉਮੀਦ ਕਰਦਾ ਸਾਡੀਆਂ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜਿਨ੍ਹਾਂ ਨੇ ਸਤਰੰਗ ਚੈਨਲ ਅਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ